ਹਾਂਜੀ, ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ। ਸੋ ਲੈ ਰਿਕੁਐਸਟ ਆ ਕਿ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰਨ ਆਇਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਜ਼ਰੂਰ ਦੱਬ ਲਵੋ, ਅਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਚੈਨਲਾਂ ਨੂੰ ਜ਼ਰੂਰ ਜੁਆਇਨ ਅਤੇ ਫੋਲੋ ਕਰ ਲਿਆ ਕਰੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ। ਸੋ ਵੀਡੀਓ ਥੋੜ੍ਹੀ ਜਿਹੀ ਲੰਬੀ ਹੋਊਗੀ, ਕੰਪਲੀਟ ਕਰ ਲਿਓ ਜੀ, ਵੀਡੀਓ ਸਾਰੀ ਦੇਖ ਲਿਓ। ਇੰਪੋਰਟੈਂਟ ਕੁਐਸਚਨ ਐਡ ਕੀਤੇ ਆਪਾਂ। ਨੰਬਰ 1 'ਤੇ ਜਿਹੜਾ ਕੁਐਸਚਨ ਹੈ, ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਗਲੈਂਡ ਕਿਹੜੀ ਹੈ? ਤਾਂ ਆਪਸ਼ਨ ਹੈ ਤੁਹਾਡੇ ਕੋਲ, ਨੰਬਰ 1 ਜਿਗਰ, ਨੰਬਰ 2 ਲਿਵਰ, ਨੰਬਰ 3 ਚਮੜੀ, ਜਾਂ ਨੰਬਰ 4 ਫੀਮਰ। ਸੋ ਇਹਨਾਂ ਦੇ ਵਿੱਚੋਂ ਇਹਦਾ ਰਾਈਟ ਆਂਸਰ ਕਿਹੜਾ ਹੋਊਗਾ ਜੀ? ਸੋ ਆਪਸ਼ਨ ਨੰਬਰ 1 ਆ ਜਿਹੜਾ, ਇਹ ਸਹੀ ਜਵਾਬ ਆ। ਜਿਹੜੀ ਜਿਗਰ ਆ, ਇਹ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਗਲੈਂਡ ਆ, ਅਤੇ ਇਸ ਤੋਂ ਇਲਾਵਾ ਜਿਹੜੀ ਚਮੜੀ ਹੁੰਦੀ ਆ, ਇਹ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੁੰਦਾ, ਠੀਕ ਆ ਜੀ? ਅਤੇ ਜਿਹੜੀ ਫੀਮਰ ਹੱਡੀ ਹੁੰਦੀ ਆ, ਇਹ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਹੁੰਦੀ ਆ। ਇਹ ਵੀ ਤੁਸੀਂ ਨੋਟ ਕਰ ਲਿਓ ਪੁਆਇੰਟ, ਠੀਕ ਆ? ਨੈਕਸਟ, ਹਾਂਜੀ, ਏ ਬੀ ਓ ਸਿਸਟਮ ਵਿੱਚ ਖੂਨ ਦੇ ਕਿੰਨੇ ਸਮੂਹ ਹੁੰਦੇ ਆ? ਖੂਨ ਦੇ ਕਿੰਨੇ ਸਮੂਹ ਹੁੰਦੇ ਆ ਜੀ, ਯਾਨੀ ਕਿ ਬਲੱਡ ਗਰੁੱਪ ਕਿੰਨੀ ਤਰ੍ਹਾਂ ਦੇ ਹੁੰਦੇ ਆ? ਇਹ ਹੁੰਦੇ ਆ 4 ਤਰ੍ਹਾਂ ਦੇ, ਠੀਕ ਹੈ ਜੀ? ਆਪਸ਼ਨ ਨੰਬਰ 1 ਆ ਜਿਹੜਾ, ਇਹ ਤੁਹਾਡਾ ਸਹੀ ਜਵਾਬ ਹੋਊਗਾ। ਇਹ ਹੁੰਦੇ ਕਿਹੜੇ ਕਿਹੜੇ ਆ? ਏ ਹੁੰਦਾ, ਬੀ ਹੁੰਦਾ, ਏ ਬੀ ਹੁੰਦਾ, ਐਂਡ ਓ ਹੁੰਦਾ। ਅਤੇ ਇਹ ਪੋਜ਼ੀਟਿਵ ਨੈਗੇਟਿਵ ਹੁੰਦੇ ਆ, ਜਿੱਦਾਂ ਏ ਪੋਜ਼ੀਟਿਵ, ਏ ਨੈਗੇਟਿਵ, ਬੀ ਪੋਜ਼ੀਟਿਵ, ਠੀਕ ਹੈ? ਇੱਦਾਂ ਏ ਬੀ ਪੋਜ਼ੀਟਿਵ, ਏ ਬੀ ਨੈਗੇਟਿਵ, ਓ ਪੋਜ਼ੀਟਿਵ, ਓ ਨੈਗੇਟਿਵ। ਸੋ 4 ਹੁੰਦੇ ਆ ਜੀ ਇਹ, ਠੀਕ ਆ? ਇੱਦਾਂ ਵੀ ਆ ਸਕਦਾ ਵਾ ਵੀ ਬਲੱਡ ਗਰੁੱਪ ਕਿੰਨੀ ਤਰ੍ਹਾਂ ਦੇ ਹੁੰਦੇ ਆ, ਜਾਂ ਏ ਬੀ ਓ ਸਿਸਟਮ ਵਿੱਚ ਖੂਨ ਦੇ ਕਿੰਨੇ ਸਮੂਹ ਹੁੰਦੇ ਆ। ਸੋ ਕੁਐਸਚਨ ਉਹੀ ਹੁੰਦੇ ਆ, ਇਹਨਾਂ ਨੂੰ ਘੁਮਾ ਘੁਮਾ ਕੇ ਪੁੱਛ ਲੈਂਦੇ ਆ ਉਹ। ਸੋ ਧਿਆਨ ਨਾਲ ਸਾਰੇ ਕੁਐਸਚਨ ਰੀਡ ਕਰਿਆ ਕਰੋ। ਨੰਬਰ 3, ਮਨੁੱਖੀ ਦਿਮਾਗ ਦਾ ਭਾਰ ਕਿੰਨਾ ਹੁੰਦਾ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ, ਨੰਬਰ 1 2 ਕੇਜੀ, ਨੰਬਰ 2 1.36 ਕੇਜੀ, ਨੰਬਰ 3 1 ਕੇਜੀ, ਨੰਬਰ 4 1.5 ਕੇਜੀ। ਸੋ ਜਿਹੜਾ ਮਨੁੱਖੀ ਦਿਮਾਗ ਹੁੰਦਾ ਜੀ, ਇਹਦਾ ਭਾਰ ਹੁੰਦਾ ਵਾ 1.36 ਕੇਜੀ। ਸੋ ਆਪਸ਼ਨ ਨੰਬਰ 2 ਆ ਜਿਹੜਾ, ਇਹ ਤੁਹਾਡਾ ਸਹੀ ਜਵਾਬ ਹੋਵੇਗਾ। ਵੱਧਦੇ ਹਾਂ ਨੈਕਸਟ 4 ਨੰਬਰ ਕੁਐਸਚਨ ਵੱਲ। ਹਾਂਜੀ, ਦਿਮਾਗ ਦਾ 80% ਹਿੱਸਾ ਕਿਹੜਾ ਹੈ? ਸੋ ਆਪਸ਼ਨ ਨੇ ਤੁਹਾਡੇ ਕੋਲ, ਨੰਬਰ 1 ਸੇਰੇਬ੍ਰਮ, ਨੰਬਰ 2 ਸੇਰੇਬਲਮ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਦਿਮਾਗ ਦਾ ਜਿਹੜਾ 80% ਹਿੱਸਾ ਹੈ, ਇਹ ਕਾਹਦਾ ਵਾ? ਇਹ ਹੈਗਾ ਜੀ, ਇਹ ਹੈਗਾ ਸੇਰੇਬ੍ਰਮ, ਠੀਕ ਹੈ ਜੀ? ਆਪਸ਼ਨ ਨੰਬਰ 1 ਆ ਜਿਹੜਾ, ਇਹ ਤੁਹਾਡਾ ਸਹੀ ਜਵਾਬ ਹੋ ਜੂਗਾ। ਬਾਕੀ ਵੀਡੀਓ ਥੋੜ੍ਹੀ ਜਿਹੀ ਆਪਾਂ ਸਪੀਡ ਰੱਖਾਂਗੇ, ਕਿਉਂਕਿ 100+ ਕੁਐਸਚਨ ਹੈ ਇਸ ਵੀਡੀਓ 'ਚ, ਅਤੇ ਬਾਕੀ ਜੇ ਤੁਹਾਨੂੰ ਸਪੀਡ ਜ਼ਿਆਦਾ ਲੱਗੂ ਤਾਂ ਤੁਸੀਂ ਵੀਡੀਓ ਨੂੰ ਪਾਊਜ਼ ਕਰਕੇ ਆਪਦਾ ਕੁਐਸਚਨ ਦਾ ਆਨਸਰ ਨੋਟ ਕਰਕੇ ਅਤੇ ਧਿਆਨ ਨਾਲ ਰੀਡ ਕਰ ਲਿਓ, ਠੀਕ ਹੈ ਜੀ? 5 ਨੰਬਰ 'ਤੇ ਕੁਐਸਚਨ ਆ ਜੀ, ਰੇਟੀਨਾ ਦਾ ਕੀ ਕੰਮ ਹੈ? ਤਾਂ ਆਪਸ਼ਨ ਤੁਹਾਡੇ ਕੋਲ ਨੇ, ਨੰਬਰ 1 ਚਿੱਤਰ ਬਣਾਉਣਾ, ਨੰਬਰ 2 ਇੱਕ ਚਿੱਤਰ ਦਾ ਪ੍ਰਤੀਬਿੰਬ ਬਣਾਉਣਾ, ਨੰਬਰ 3 ਫੋਟੋ ਖਿੱਚਣਾ, ਨੰਬਰ 4 ਕੋਈ ਨਹੀਂ। ਸੋ ਜਿਹੜਾ ਰੇਟੀਨਾ ਅੱਖ ਦਾ ਪਾਰਟ ਹੁੰਦਾ, ਇਹਦਾ ਕੀ ਕੰਮ ਹੁੰਦਾ? ਇਹਦਾ ਕੰਮ ਹੁੰਦਾ ਜੀ, ਇੱਕ ਚਿੱਤਰ ਦਾ ਪ੍ਰਤੀਬਿੰਬ ਬਣਾਉਣਾ। ਆਪਸ਼ਨ ਨੰਬਰ 2 ਆ ਜਿਹੜਾ, ਇਹ ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 6 ਨੰਬਰ ਕੁਐਸਚਨ, ਹਾਂਜੀ, ਹੱਡੀਆਂ ਵਿੱਚ ਕੈਲਸ਼ੀਅਮ ਦੀ ਕਿੰਨੀ ਪ੍ਰਤੀਸ਼ਤਾ ਹੁੰਦੀ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ, 90%, ਨੰਬਰ 2 'ਤੇ 97%, ਨੰਬਰ 3 'ਤੇ 80%, ਨੰਬਰ 4 'ਤੇ 85%। ਸੋ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਿੰਨੀ ਪ੍ਰਤੀਸ਼ਤਾ ਹੁੰਦੀ ਹੈ ਜੀ? ਤਾਂ ਇਹ ਹੁੰਦੀ ਆ ਆਪਸ਼ਨ ਨੰਬਰ 2, 97%, ਠੀਕ ਹੈ ਜੀ, 97%। ਨੈਕਸਟ 7 ਨੰਬਰ ਕੁਐਸਚਨ, ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਆਵਾਜ਼ ਪੈਦਾ ਕਰਦਾ ਹੈ?
ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ ਇੱਕ 'ਤੇ ਧੁਨੀ, ਨੰਬਰ ਦੋ 'ਤੇ ਵੋਕਲ ਕੋਰਡ, ਠੀਕ ਹੈ, ਨੰਬਰ 3 'ਤੇ ਰਿਦਮ, ਨੰਬਰ 4 ਕੋਈ ਨਹੀਂ, ਵੋਕਲ ਕੋਰਡ ਆ, ਠੀਕ ਹੈ ਜੀ, KO ਕੱਕੇ ਨੂੰ ਹੋੜਾ ਰਾਰਾ ਡੱਡਾ, ਠੀਕ ਹੈ, ਵੋਕਲ ਕੋਰਡ ਆ, ਇੱਥੇ ਕੋਰਡ ਲਿਖਿਆ ਗਿਆ ਗਲਤੀ ਨਾਲ, ਵੋਕਲ ਕੋਰਡ। ਸੋ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਆਵਾਜ਼ ਪੈਦਾ ਕਰਦਾ? ਆਪਸ਼ਨ ਨੰਬਰ 2 ਆ ਤੁਹਾਡਾ ਰਾਈਟ ਆਂਸਰ, ਵੋਕਲ ਕੋਰਡ, ਠੀਕ ਹੈ ਜੀ। ਨੈਕਸਟ 8 ਨੰਬਰ ਕੁਐਸਚਨ ਆ, ਅੱਖ ਦੀ ਆਮ ਪਰ ਖਤਰਨਾਕ ਬਿਮਾਰੀ ਕਿਹੜੀ ਹੈ? ਤਾਂ ਅੱਖ ਦੀ ਖਤਰਨਾਕ ਅਤੇ ਆਮ ਬਿਮਾਰੀ ਕਿਹੜੀ ਹੈ? ਨੰਬਰ 1 ਰੇਟਿੰਗ, ਨੰਬਰ 2 ਗਲੂਕੋਮਾ, ਨੰਬਰ 3 ਸਲਫੇਰਾ, ਨੰਬਰ 4 ਉਪਰੋਕਤ ਸਾਰੇ। ਸੋ ਅੱਖ ਦੀ ਆਮ ਪਰ ਖਤਰਨਾਕ ਬਿਮਾਰੀ ਹੈ ਜੀ ਆਪਸ਼ਨ ਨੰਬਰ 2 ਗਲੂਕੋਮਾ, ਠੀਕ ਹੈ ਜੀ। ਇਹ ਆਮ ਆ, ਨੋਰਮਲ ਬਿਮਾਰੀ ਹੁੰਦੀ ਹੈ ਪਰ ਇਹ ਖਤਰਨਾਕ ਹੁੰਦੀ ਹੈ, ਠੀਕ ਹੈ ਜੀ। ਸ਼ੂਗਰ ਰੋਗ ਮੈਲੀਟਸ ਦਾ ਕਾਰਨ ਕੀ ਹੈ? ਸੋ ਇਹਨਾਂ ਵਿੱਚੋਂ ਸ਼ੂਗਰ ਰੋਗ ਆ ਜਿਹੜਾ ਮੈਲੀਟਸ, ਉਹਦਾ ਕੀ ਕਾਰਨ ਆ? ਨੰਬਰ 1 ਵਿਟਾਮਿਨ ਦੀ ਘਾਟ, ਨੰਬਰ 2 ਲੋਹੇ ਦੀ ਘਾਟ, ਨੰਬਰ 3 ਇਨਸੂਲਿਨ ਦੀ ਘਾਟ, ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਆਪਣਾ ਆਪਸ਼ਨ ਨੰਬਰ 3 ਆ, ਠੀਕ ਆ ਜੀ। ਇਨਸੂਲਿਨ ਦੀ ਘਾਟ ਇਸ ਬਿਮਾਰੀ ਦਾ ਕਾਰਨ ਬਣਦੀ ਆ। 10 ਨੰਬਰ ਕੁਐਸਚਨ ਆ ਜੀ, ਇਨਸੂਲਿਨ ਦੀ ਖੋਜ ਕਿਸਨੇ ਕੀਤੀ ਸੀ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਵਿਲੀਅਮ ਬੈਂਟਿਕ, ਨੰਬਰ 2 ਕਾਰਲ ਮਾਰਕਸ, ਨੰਬਰ 3 ਐਡਵਰਡ ਸ਼ਾਰਪੀ ਸ਼ੇਪਰ, ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਆ ਜੀ, ਜਿਹੜੀ ਇਨਸੂਲਿਨ ਦੀ ਖੋਜ ਸੀ ਇਹ ਕੀਤੀ ਸੀ ਆਪਸ਼ਨ ਨੰਬਰ 3 ਐਡਵਰਡ ਸ਼ਾਰਪੀ ਸ਼ੇਪਰ ਨੇ, ਠੀਕ ਹੈ ਜੀ। ਸੋ ਵੱਧਦੇ ਹਾਂ ਨੈਕਸਟ 11 ਨੰਬਰ ਕੁਐਸਚਨ। ਹਾਂਜੀ, ਸੈੱਲ ਦਾ ਪਾਵਰ ਹਾਊਸ ਕਿਸ ਨੂੰ ਮੰਨਿਆ ਜਾਂਦਾ ਹੈ? ਸੋ ਜਿਹੜਾ ਸੈੱਲ ਹੁੰਦਾ ਉਹਦਾ ਪਾਵਰ ਹਾਊਸ ਕਿਹਨੂੰ ਮੰਨਿਆ ਜਾਂਦਾ? ਨੰਬਰ 1 ਮਾਈਟੋਕੋਂਡਰੀਆ, ਨੰਬਰ 2 ਸੁਲੇਮਾਨੀ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਆ ਜੀ ਆਪਸ਼ਨ ਨੰਬਰ 1 ਮਾਈਟੋਕੋਂਡਰੀਆ ਨੂੰ ਸੈੱਲ ਦਾ ਪਾਵਰ ਹਾਊਸ ਮੰਨਿਆ ਜਾਂ ਕਿਹਾ ਜਾਂਦਾ ਹੈ। ਨੈਕਸਟ, ਸੈੱਲ ਦਾ ਦਿਮਾਗ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਹੈਲਪਸ, ਨੰਬਰ 2 ਨਿਊਕਲੀਅਰ, ਨੰਬਰ 3 ਨਿਊਕਲੀਅਸ, ਨੰਬਰ 4 ਕੋਈ ਨਹੀਂ। ਸੋ ਜਿਹੜਾ ਸੈੱਲ ਦਾ ਦਿਮਾਗ ਹੈ ਇਹ ਨਿਊਕਲੀਅਸ ਨੂੰ ਕਿਹਾ ਜਾਂਦਾ, ਆਪਸ਼ਨ ਨੰਬਰ 3 ਤੁਹਾਡਾ ਸਹੀ ਜਵਾਬ ਹੋਵੇਗਾ। ਹਾਂਜੀ, 13 ਨੰਬਰ ਕੁਐਸਚਨ, ਸਰੀਰ ਵਿਗਿਆਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਨੰਬਰ 1 ਅਲੈਗਜ਼ੈਂਡਰ, ਨੰਬਰ 2 ਅਰਸਤੂ, ਨੰਬਰ 3 ਵਿਕਟਰ, ਨੰਬਰ 4 ਸਾਰੇ। ਸੋ ਜਿਹੜਾ ਸਰੀਰ ਵਿਗਿਆਨ ਦਾ ਪਿਤਾਮਾ ਜਾਂ ਪਿਤਾ ਇਹ ਅਰਸਤੂ ਨੂੰ ਕਿਹਾ ਜਾਂਦਾ, ਆਪਸ਼ਨ ਨੰਬਰ 2 ਹੋਵੇਗਾ ਤੁਹਾਡਾ ਸਹੀ ਜਵਾਬ, ਠੀਕ ਹੈ ਜੀ। ਕਈ ਵਾਰੀ ਕਿਸੇ ਨਾਲ ਆਂਸਰ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ, ਸੋ ਨੋਟ ਕਰਵਾ ਦਿਆ ਕਰੋ, ਆਪਾਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਜੇ ਕਿਸੇ ਵੀ ਸਟੂਡੈਂਟ ਨੂੰ ਕਿਸੇ ਆਂਸਰ ਦੇ ਵਿੱਚ ਕਨਫਿਊਜ਼ਨ ਹੁੰਦੀ ਆ। ਅਤੇ ਨਾਲ ਦੀ ਨਾਲ ਇੱਕ ਹੋਰ ਰਿਕੁਐਸਟ ਆ ਕਿ ਜਿਹੜੇ ਬੱਚੇ CHO 7 ਅਗਸਤ ਨੂੰ ਜੋ ਐਗਜ਼ਾਮ ਹੋ ਰਿਹਾ ਕਮਿਊਨਿਟੀ ਹੈਲਥ ਆਫੀਸਰਸ ਦਾ, ਉਹਦੀ ਤਿਆਰੀ ਕਰ ਰਹੇ ਆ, ਉਹ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ 'ਤੇ ਮੈਡਮ ਤਿਆਰੀ ਕਰਵਾਉਂਦੇ ਆ, ਉਹਤੇ ਜਾ ਕੇ ਕਰ ਸਕਦੇ ਆ, ਉਸਨੂੰ ਸਬਸਕ੍ਰਾਈਬ ਕਰ ਲਵੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂ ਆਪਣੇ ਹਰ ਇੱਕ ਵੀਡੀਓ ਦੇ, ਠੀਕ ਹੈ ਜੀ। ਸੋ ਵੱਧਦੇ ਹਾਂ ਨੈਕਸਟ 14 ਨੰਬਰ ਕੁਐਸਚਨ ਵੱਲ, ਮਨੁੱਖੀ ਜਵਾੜੇ ਦੇ ਕੁੱਲ ਕਿੰਨੇ ਦੰਦ ਹੁੰਦੇ ਹਨ? ਇਹ ਤਾਂ ਸੌਖਾ ਹੀ ਆ, ਸਾਰਿਆਂ ਨੂੰ ਪਤਾ ਹੀ ਹੋਣਗੇ, ਠੀਕ ਹੈ ਜੀ। ਆਪਸ਼ਨ ਨੇ 20, ਨੰਬਰ 2 22, ਨੰਬਰ 3 32, ਨੰਬਰ 4 31। ਸੋ ਜਿਹੜਾ ਮਨੁੱਖੀ ਜਵਾੜਾ ਹੁੰਦਾ ਇਹਦੇ ਦੰਦ ਹੁੰਦੇ ਆ ਜੀ ਟੋਟਲ 32 ਦੰਦ ਹੁੰਦੇ ਆ, ਠੀਕ ਹੈ ਜੀ। ਅਤੇ ਜਿਹੜਾ 20 ਦੰਦ ਨੇ ਇਹ 2 ਵਾਰ ਆਉਂਦੇ ਨੇ, ਜਾਂ ਜਿਹੜੇ ਦੁੱਧ ਦੇ ਦੰਦ ਵੀ ਕਿਹਾ ਜਾਂਦਾ, ਵੀ ਦੁੱਧ ਦੇ ਦੰਦ ਕਿੰਨੇ ਹੁੰਦੇ ਆ ਮਨੁੱਖ ਦੇ, ਤਾਂ ਵੀ ਆਂਸਰ ਆਊਗਾ 20, ਜਾਂ ਕਿੰਨੇ ਦੰਦ 2 ਵਾਰ ਆਉਂਦੇ ਆ ਤਾਂ ਵੀ ਆਂਸਰ ਆਊਗਾ 20। ਅਤੇ ਜੇ ਪੁੱਛਿਆ ਜਾਵੇ ਕੁੱਲ ਕਿੰਨੇ ਦੰਦ ਆ ਤਾਂ ਹੁੰਦੇ ਆ 32, ਯਾਨੀ ਕਿ 32, ਠੀਕ ਆ। ਹਾਂਜੀ, 15 ਨੰਬਰ ਕੁਐਸਚਨ,
ਸਧਾਰਨ ਡਿਲੀਵਰੀ ਵਿੱਚ ਦੁੱਧ ਚੁਕਾਉਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ? ਨੰਬਰ ਇੱਕ, ਡਿਲੀਵਰੀ ਤੋਂ ਤੁਰੰਤ ਬਾਅਦ। ਨੰਬਰ ਦੋ, ਦੋ ਘੰਟੇ ਬਾਅਦ। ਨੰਬਰ ਤਿੰਨ, ਤਿੰਨ ਘੰਟੇ ਬਾਅਦ। ਨੰਬਰ ਚਾਰ, ਚਾਰ ਘੰਟੇ ਬਾਅਦ। ਸੋ ਜਿਹੜਾ ਸਧਾਰਨ ਡਿਲੀਵਰੀ ਆ, ਨੋਰਮਲ ਡਿਲੀਵਰੀ ਹੁੰਦੀ ਆ, ਉਹਦੇ ਵਿੱਚ ਦੁੱਧ ਚੁਕਾਉਣ ਦੀ ਪ੍ਰਕਿਰਿਆ ਡਿਲੀਵਰੀ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਆਪਸ਼ਨ ਨੰਬਰ ਇੱਕ ਹੋਊਗਾ ਰਾਈਟ ਆਂਸਰ ਤੁਹਾਡਾ, ਠੀਕ ਹੈ ਜੀ। ਹਾਂਜੀ, 16 ਨੰਬਰ ਕੁਐਸਚਨ, ਲਾਲ ਰਕਤਾਣੂਆਂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? ਯਾਨੀ ਕਿ ਜਿਹੜੇ RBC ਹੁੰਦੇ ਆ, ਰੈੱਡ ਬਲੱਡ ਸੈੱਲ, ਉਹਨਾਂ ਦਾ ਜੀਵਨ ਕਾਲ ਕਿੰਨਾ ਹੁੰਦਾ? ਆਪਸ਼ਨ ਨੇ ਤੁਹਾਡੇ ਕੋਲ ਨੰਬਰ ਇੱਕ 120 ਦਿਨ, ਨੰਬਰ ਦੋ 4 ਮਹੀਨੇ, ਨੰਬਰ ਤਿੰਨ ਦੋਵੇਂ, ਜਾਂ ਨੰਬਰ ਚਾਰ ਕੋਈ ਨਹੀਂ। ਸੋ ਇਸ ਦਾ ਰਾਈਟ ਆਂਸਰ ਕਿਹੜਾ ਹੋਊਗਾ ਜੀ? ਸੋ ਇਸ ਦਾ ਰਾਈਟ ਆਂਸਰ ਆ ਆਪਸ਼ਨ ਨੰਬਰ ਤਿੰਨ, ਦੋਵੇਂ। ਕਾਫੀ ਸਾਰੇ ਬੱਚਿਆਂ ਨੂੰ ਮੈਂ ਇੱਕ ਪਿਛਲੀ ਵੀਡੀਓ 'ਚ ਇਹ ਕੁਐਸਚਨ ਪਾਇਆ ਸੀਗਾ, ਕਮੈਂਟ 'ਚ ਤੁਸੀਂ ਆਂਸਰ ਦੇਣਾ ਸੀ। ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਸੀ। ਦੇਖੋ ਜੀ, ਇਹ ਦੋਵੇਂ ਸਹੀ ਆ, ਕਿਉਂਕਿ 120 ਦਿਨ ਹੁੰਦਾ ਵਾ, ਠੀਕ ਹੈ ਜੀ, ਲਾਲ ਰਕਤਾਣੂਆਂ ਦਾ, ਰੈੱਡ ਬਲੱਡ ਸੈੱਲ ਦਾ ਜੀਵਨ ਕਾਲ। ਅਤੇ ਜਿਹੜਾ 4 ਮਹੀਨੇ ਆ, ਤੁਸੀਂ ਜਦੋਂ 30 ਗੁਣਾ 4 ਕਰੋਗੇ ਤਾਂ ਵੀ 120 ਦਿਨ ਹੀ ਬਣਨਗੇ, ਠੀਕ ਹੈ ਜੀ। ਸੋ ਕਈ ਵਾਰੀ ਉਹ ਕਨਫਿਊਜ਼ ਕਰਨ ਲਈ ਇਹਨਾਂ 'ਚੋਂ ਕੋਈ ਵੀ ਆਪਸ਼ਨ ਪਾ ਸਕਦੇ ਆ, ਇਸੇ ਕਰਕੇ ਮੈਂ ਦੋਵੇਂ ਆਪਸ਼ਨਾਂ ਐਡ ਕਰੀਆਂ ਸੀ। ਹਾਂਜੀ, ਬਲੱਡ ਬੈਂਕਾਂ ਵਿੱਚ ਬਲੱਡ ਨੂੰ ਜੰਮਣ ਤੋਂ ਰੋਕਣ ਲਈ ਸਟੋਰ ਕੀਤੇ ਬਲੱਡ ਵਿੱਚ ਕੀ ਮਿਲਾਇਆ ਜਾਂਦਾ ਹੈ? ਤਾਂ ਨੰਬਰ ਇੱਕ ਆ ਪੋਟਾਸ਼ੀਅਮ ਐਗਜ਼ੇਲੇਟ, ਨੰਬਰ ਦੋ ਸੋਡੀਅਮ ਐਗਜ਼ੇਲੇਟ, ਨੰਬਰ ਤਿੰਨ ਦੋਵੇਂ, ਜਾਂ ਨੰਬਰ ਚਾਰ ਕੋਈ ਨਹੀਂ। ਸੋ ਜਿਹੜਾ ਬਲੱਡ ਬੈਂਕਾਂ ਵਿੱਚ ਬਲੱਡ ਸਟੋਰ ਕੀਤਾ, ਉਹਨੂੰ ਜੰਮਣ ਤੋਂ ਰੋਕਣ ਲਈ ਉਹਦੇ ਵਿੱਚ ਸੋਡੀਅਮ ਐਗਜ਼ੇਲੇਟ ਮਿਲਾਇਆ ਜਾਂਦਾ। ਸੋ ਆਪਸ਼ਨ ਨੰਬਰ ਦੋ ਆ ਜਿਹੜਾ ਤੁਹਾਡਾ ਸਹੀ ਜਵਾਬ ਆ। ਨੈਕਸਟ 18 ਨੰਬਰ ਕੁਐਸਚਨ, ਹਾਂਜੀ, ਸਾਹ ਕਿਰਿਆ ਦੌਰਾਨ ਜਿਹੜੇ ਪਦਾਰਥਾਂ ਦਾ ਆਕਸੀਕਰਨ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ? ਨੰਬਰ ਇੱਕ ਦਿਲ, ਨੰਬਰ ਦੋ ਆਕਸੀਜਨ, ਨੰਬਰ ਤਿੰਨ ਸਵਾਸੀ ਪਦਾਰਥ, ਨੰਬਰ ਚਾਰ ਪ੍ਰਵਿਰਤੀ ਵਾਲੇ ਪਦਾਰਥ। ਸੋ ਸਾਹ ਕਿਰਿਆ ਦੌਰਾਨ ਜਿਹੜੇ ਪਦਾਰਥਾਂ ਦਾ ਆਕਸੀਕਰਨ ਹੁੰਦਾ ਉਹਨਾਂ ਨੂੰ ਸਵਾਸੀ ਪਦਾਰਥ ਕਹਿੰਦੇ ਆ ਜੀ। ਆਪਸ਼ਨ ਨੰਬਰ ਤਿੰਨ ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ, ਹਾਂਜੀ, 19 ਨੰਬਰ ਕੁਐਸਚਨ, ਸਿਰਕੇ ਵਿੱਚ ਪਾਏ ਜਾਣ ਵਾਲੇ ਐਸਿਡ ਦਾ ਨਾਮ ਦੱਸੋ। ਨੰਬਰ ਇੱਕ ਮਥੈਨਿਕ ਐਸਿਡ, ਨੰਬਰ ਦੋ ਪ੍ਰੋਪੈਨਿਕ ਐਸਿਡ, ਨੰਬਰ ਤਿੰਨ ਇਥੈਨਿਕ ਐਸਿਡ, ਨੰਬਰ ਚਾਰ ਕੋਈ ਨਹੀਂ। ਸੋ ਇਹਨਾਂ ਵਿੱਚੋਂ ਜਿਹੜਾ ਐਸਿਡ ਸਿਰਕੇ 'ਚ ਪਾਇਆ ਜਾਂਦਾ ਉਹ ਹੁੰਦਾ ਜੀ ਨੰਬਰ ਤਿੰਨ ਇਥੈਨਿਕ ਐਸਿਡ। ਸੋ ਇਹ ਹੋਵੇਗਾ ਤੁਹਾਡਾ ਸਹੀ ਜਵਾਬ। ਹਾਂਜੀ, ਕੁਐਸਚਨ ਨੰਬਰ 20, ਡੈਮੋਗ੍ਰਾਫੀ ਕਿਸ ਦਾ ਅਧਿਐਨ ਆ? ਨੰਬਰ ਇੱਕ ਪਸ਼ੂ ਜਨਸੰਖਿਆ ਦਾ, ਨੰਬਰ ਦੋ ਪੌਦੇ ਜਨਸੰਖਿਆ ਦਾ, ਨੰਬਰ ਤਿੰਨ ਕੁੱਲ ਆਬਾਦੀ ਦਾ, ਨੰਬਰ ਚਾਰ ਮਨੁੱਖੀ ਜਨਸੰਖਿਆ ਦਾ। ਸੋ ਜਿਹੜੀ ਡੈਮੋਗ੍ਰਾਫੀ ਹੈ ਕਿਹਦਾ ਅਧਿਐਨ ਆ ਜੀ? ਇਹ ਹੈਗਾ ਆਪਸ਼ਨ ਨੰਬਰ ਚਾਰ, ਮਨੁੱਖੀ ਜਨਸੰਖਿਆ ਦਾ ਅਧਿਐਨ ਆ ਡੈਮੋਗ੍ਰਾਫੀ, ਠੀਕ ਹੈ ਜੀ। ਨੈਕਸਟ 21 ਨੰਬਰ ਕੁਐਸਚਨ, ਸੁੱਤੇ ਹੋਏ ਮਨੁੱਖ ਦੇ ਬਲੱਡ ਪ੍ਰੈਸ਼ਰ ਵਿੱਚ ਕੀ ਤਬਦੀਲੀ ਆਉਂਦੀ ਹੈ? ਸੋ ਬਹੁਤ ਵਾਰੀ ਮੈਂ ਕੁਐਸਚਨ ਪੁੱਛ ਚੁੱਕਿਆ ਵਾਂ ਤੁਹਾਤੋਂ, ਕਾਫੀ ਵਾਰੀ, ਬਹੁਤ ਸੌਖਾ ਕੁਐਸਚਨ ਹੈ, ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਬੋਕਸ 'ਚ ਦਿਓ, ਠੀਕ ਹੈ ਜੀ, ਵੀ ਸੁੱਤੇ ਹੋਏ ਮਨੁੱਖ ਦੇ ਬਲੱਡ ਪ੍ਰੈਸ਼ਰ ਵਿੱਚ ਕੀ ਤਬਦੀਲੀ ਆਉਂਦੀ ਆ? ਆਪਸ਼ਨ ਨੇ ਬਲੱਡ ਪ੍ਰੈਸ਼ਰ ਵੱਧਦਾ, ਨੰਬਰ ਦੋ ਬਲੱਡ ਪ੍ਰੈਸ਼ਰ ਘੱਟਦਾ, ਨੰਬਰ ਤਿੰਨ ਬਲੱਡ ਪ੍ਰੈਸ਼ਰ ਵਿੱਚ ਕੋਈ ਫਰਕ ਨਹੀਂ ਪੈਂਦਾ, ਜਾਂ ਨੰਬਰ ਚਾਰ ਇਹਨਾਂ ਵਿੱਚੋਂ ਕੋਈ ਨਹੀਂ। ਸੋ ਠੀਕ ਹੈ ਜੀ। ਨੈਕਸਟ 22 ਨੰਬਰ ਕੁਐਸਚਨ, ਹਾਂਜੀ, ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹੁੰਦੇ ਆ? ਨੰਬਰ ਇੱਕ ਵਿਟਾਮਿਨ ਬੀ, ਨੰਬਰ ਦੋ ਵਿਟਾਮਿਨ ਸੀ, ਨੰਬਰ ਤਿੰਨ ਦੋਵੇਂ, ਜਾਂ ਨੰਬਰ ਚਾਰ ਕੋਈ ਨਹੀਂ। ਸੋ ਇਸ ਦਾ ਰਾਈਟ ਆਂਸਰ ਕਿਹੜਾ ਹੋਊਗਾ ਜੀ? ਆਪਸ਼ਨ ਨੰਬਰ ਤਿੰਨ ਰਾਈਟ ਆਂਸਰ ਆ। ਜਿਹੜੇ ਵਿਟਾਮਿਨ ਬੀ ਅਤੇ ਸੀ ਆ, ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਆ, ਅਤੇ ਜਿਹੜੇ ਵਿਟਾਮਿਨ ਇਸ ਤੋਂ ਇਲਾਵਾ ਨੇ, ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ, ਜਾਂ ਵਿਟਾਮਿਨ ਕੇ, ਉਹ ਵਸਾ ਯਾਨੀ ਕਿ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਨੇ, ਠੀਕ ਹੈ ਜੀ। ਸੋ ਤੁਸੀਂ ਯਾਦ ਰੱਖਣਾ ਵੀ ਜਿਹੜੇ ਵਿਟਾਮਿਨ ਬੀ ਅਤੇ ਸੀ ਆ, ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ। ਨੰਬਰ 23 ਨੰਬਰ ਕੁਐਸਚਨ, ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚੇ ਦੇ ਚਿੰਨ੍ਹ ਹਨ। ਨੰਬਰ ਇੱਕ ਲੰਬਾਈ 45 ਸੈਂਟੀਮੀਟਰ ਜਾਂ ਇਸ ਤੋਂ ਘੱਟ, ਨੰਬਰ ਦੋ ਵਜ਼ਨ 2500 ਗ੍ਰਾਮ ਜਾਂ ਇਸ ਤੋਂ ਘੱਟ, ਨੰਬਰ ਤਿੰਨ ਸੰਧੀ ਰੇਖਾਵਾਂ ਅਤੇ ਫਾਟੇਨੇਲਸ ਚੌੜੀ, ਨੰਬਰ ਚਾਰ ਉਪਰੋਕਤ ਸਾਰੇ। ਸੋ
ਇਸ ਦਾ ਰਾਈਟ ਆਂਸਰ ਆ ਜੀ। ਜਿਹੜਾ ਬੱਚਾ ਸਮੇਂ ਤੋਂ ਪਹਿਲਾਂ ਜਨਮ ਲੈਂਦਾ, ਇਹ ਸਾਰੀਆਂ ਹੀ ਉਸ ਦੀਆਂ ਨਿਸ਼ਾਨੀਆਂ ਨੇ, ਉਸਦੇ ਚਿੰਨ੍ਹ ਨੇ, ਸਿੰਬਲ ਨੇ। ਸੋ ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਹੋਵੇਗਾ। ਹਾਂਜੀ, 24 ਨੰਬਰ ਕੁਐਸਚਨ, ਇਕਿਊਵੇਟਰ ਕਮਰੇ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ? ਨੰਬਰ 1 24 ਤੋਂ 30 ਡਿਗਰੀ ਸੈਲਸੀਅਸ, ਨੰਬਰ 2 20 ਤੋਂ 25 ਡਿਗਰੀ ਸੈਲਸੀਅਸ, ਨੰਬਰ 3 18 ਤੋਂ 20 ਡਿਗਰੀ ਸੈਲਸੀਅਸ, ਨੰਬਰ 4 25 ਤੋਂ 30 ਡਿਗਰੀ ਸੈਲਸੀਅਸ। ਸੋ ਜਿਹੜਾ ਇਕਿਊਵੇਟਰ ਕਮਰਾ ਵਾ ਉਹਦਾ ਤਾਪਮਾਨ ਆਪਸ਼ਨ ਨੰਬਰ 1 24 ਤੋਂ 30 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਵਾ, ਠੀਕ ਹੈ ਜੀ। ਨੈਕਸਟ 25 ਨੰਬਰ ਕੁਐਸਚਨ, ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਸਥਿਤੀ ਵਿੱਚ ਨਵੇਂ ਜੰਮੇ ਬੱਚਿਆਂ ਨੂੰ ਨਲੀ ਦੁਆਰਾ ਪੋਸ਼ਣ ਦੇਣਾ ਚਾਹੀਦਾ ਹੈ? ਨੰਬਰ 1 ਜੇਕਰ ਸਾਹ ਦੀ ਤਕਲੀਫ ਹੋਵੇ, ਨੰਬਰ 2 ਹਿਰਦੇ ਦੀ ਬਿਮਾਰੀ ਹੋਵੇ, ਨੰਬਰ 3 34 ਹਫ਼ਤਿਆਂ ਜਾਂ ਘੱਟ ਅਵਧੀ ਦੇ ਗਰਭ ਧਾਰਨ ਵਾਲੇ ਬੱਚਿਆਂ ਨੂੰ, ਨੰਬਰ 4 ਉਪਰੋਕਤ ਸਾਰੇ। ਸੋ ਇਸ ਦਾ ਰਾਈਟ ਆਂਸਰ ਹੋਵੇਗਾ ਜੀ ਆਪਸ਼ਨ ਨੰਬਰ 3 ਕਿ 34 ਹਫ਼ਤਿਆਂ ਜਾਂ ਘੱਟ ਅਵਧੀ ਦੇ ਗਰਭ ਧਾਰਨ ਵਾਲੇ ਬੱਚਿਆਂ ਨੂੰ ਨਲੀ ਰਾਹੀਂ ਪੋਸ਼ਣ ਦੇਣਾ ਚਾਹੀਦਾ ਹੈ। ਹਾਂਜੀ, 26 ਨੰਬਰ ਕੁਐਸਚਨ, ਰਿਟਰੋਲੈਂਟਲ ਫਾਈਬਰੋਪਲੇਸੀਆ ਕਿਸ ਅੰਗ ਨਾਲ ਸੰਬੰਧਿਤ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਨੱਕ, ਨੰਬਰ 2 ਗਲਾ, ਨੰਬਰ 3 ਕੰਨ, ਜਾਂ ਨੰਬਰ 4 ਅੱਖ। ਸੋ ਜਿਹੜੀ ਇਹ ਰਿਟਰੋਲੈਂਟਲ ਫਾਈਬਰੋਪਲੇਸੀਆ, ਇਹ ਅੱਖ ਨਾਲ ਸੰਬੰਧਿਤ ਆ ਜੀ। ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 27 ਨੰਬਰ ਕੁਐਸਚਨ, ਹਾਂਜੀ, ਹਾਈਪੋਗਲਾਈਸੀਮੀਆ ਕੀ ਹੈ? ਨੰਬਰ 1 ਖੂਨ ਵਿੱਚ ਗਲੂਕੋਜ਼ ਦੀ ਘਾਟ, ਨੰਬਰ 2 ਖੂਨ ਵਿੱਚ ਕੈਲਸ਼ੀਅਮ ਦੀ ਘਾਟ, ਨੰਬਰ 3 ਖੂਨ ਵਿੱਚ ਗਲੂਕੋਜ਼ ਦੀ ਬਹੁਤਾਤ, ਜਾਂ ਨੰਬਰ 4 ਖੂਨ ਵਿੱਚ ਕੈਲਸ਼ੀਅਮ ਦੀ ਬਹੁਤਾਤ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਹੋਊਗਾ ਜੀ ਆਪਸ਼ਨ ਨੰਬਰ 1 ਆ ਜਿਹੜਾ, ਜਦੋਂ ਖੂਨ ਵਿੱਚ ਗਲੂਕੋਜ਼ ਦੀ ਘਾਟ ਹੋ ਜਾਂਦੀ ਹੈ ਤਾਂ ਹਾਈਪੋਗਲਾਈਸੀਮੀਆ ਹੁੰਦਾ ਹੈ। ਨੈਕਸਟ 28 ਨੰਬਰ ਕੁਐਸਚਨ, ਹਾਂਜੀ, ਹਾਈਪਰਨੈਟਰੀਮੀਆ ਕੀ ਹੈ? ਹਾਈਪਰਨੈਟਰੀਮੀਆ, ਸੋ ਨੰਬਰ 1 ਖੂਨ ਵਿੱਚ ਕੈਲਸ਼ੀਅਮ ਦੀ ਬਹੁਤਾਤ, ਨੰਬਰ 2 ਖੂਨ ਵਿੱਚ ਪੋਟਾਸ਼ੀਅਮ ਦੀ ਬਹੁਤਾਤ, ਨੰਬਰ 3 ਖੂਨ ਵਿੱਚ ਸੋਡੀਅਮ ਦੀ ਬਹੁਤਾਤ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਰਾਈਟ ਆਂਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 3, ਜਦੋਂ ਖੂਨ ਵਿੱਚ ਸੋਡੀਅਮ ਦੀ ਬਹੁਤਾਤ ਹੋਵੇ। ਨੈਕਸਟ 29 ਨੰਬਰ ਕੁਐਸਚਨ, ਹਾਂਜੀ, ਵੈਸਟੀਬਿਊਲ ਤੋਂ ਸਰਵਿਕਸ ਤੱਕ ਫੈਲੇ ਮਾਰਗ ਨੂੰ ਕੀ ਕਿਹਾ ਜਾਂਦਾ ਹੈ? ਨੰਬਰ 1 ਯੋਨੀ ਮਾਰਗ, ਨੰਬਰ 2 ਗਰਭਾਸ਼ਯ, ਨੰਬਰ 3 ਪੈਰੀਨੀਅਮ, ਨੰਬਰ 4 ਯੂਕਰੇਨ ਮਾਰਗ। ਸੋਰੀ, ਇੱਥੇ ਯੂਰੇਨ ਮਾਰਗ ਆਉਣਾ ਸੀਗਾ। ਸੋ ਆਪਸ਼ਨ ਇਹਦੇ ਵਿੱਚੋਂ ਸਹੀ ਕਿਹੜਾ ਹੋਊਗਾ? ਤਾਂ ਸਹੀ ਆ ਜੀ ਨੰਬਰ 1, ਜਿਹੜੀ ਵੈਸਟੀਬਿਊਲ ਤੋਂ ਸਰਵਿਕਸ ਤੱਕ ਫੈਲੇ ਮਾਰਗ ਨੂੰ ਯੋਨੀ ਮਾਰਗ ਕਿਹਾ ਜਾਂਦਾ ਵਾ, ਠੀਕ ਹੈ ਜੀ। ਹਾਂਜੀ, 30 ਨੰਬਰ ਕੁਐਸਚਨ, ਗਰਭਾਸ਼ਯ ਯਾਨੀ ਕਿ ਯੂਟਰਸ ਦਾ ਆਕਾਰ ਕਿਸ ਵਰਗਾ ਹੁੰਦਾ ਹੈ? ਤਾਂ ਆਪਸ਼ਨ ਆ ਤੁਹਾਡੇ ਕੋਲ ਨਾਸ਼ਪਾਤੀ ਦੇ ਆਕਾਰ ਵਰਗਾ, ਨੰਬਰ 2 ਅੰਡਾਕਾਰ, ਨੰਬਰ 3 ਸੇਮ ਦੇ ਬੀਜ ਵਰਗਾ, ਨੰਬਰ 4 ਗੁਰਦਿਆਂ ਦੇ ਆਕਾਰ ਵਰਗਾ। ਸੋ ਜਿਹੜੀ ਯੂਟਰਸ ਆ ਇਹਦਾ ਆਕਾਰ ਹੁੰਦਾ ਵਾ ਜੀ ਨਾਸ਼ਪਾਤੀ ਦੇ ਆਕਾਰ ਵਰਗਾ। ਆਪਸ਼ਨ ਨੰਬਰ 1 ਤੁਹਾਡਾ ਹੋਜੂ ਸਹੀ ਜਵਾਬ। ਨੈਕਸਟ 31 ਨੰਬਰ ਕੁਐਸਚਨ, ਹਾਂਜੀ, ਸਰਵਿਕਸ ਕਿੰਨੇ ਸੈਂਟੀਮੀਟਰ ਲੰਬੀ ਹੁੰਦੀ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 5 ਸੈਂਟੀਮੀਟਰ, ਨੰਬਰ 2 2.5 ਸੈਂਟੀਮੀਟਰ, ਨੰਬਰ 3 4 ਸੈਂਟੀਮੀਟਰ, ਜਾਂ ਨੰਬਰ 4 2 ਸੈਂਟੀਮੀਟਰ। ਸੋ ਜਿਹੜੀ ਸਰਵਿਕਸ ਆ ਇਹ ਹੁੰਦੀ ਹੈ ਜੀ 2.5 ਸੈਂਟੀਮੀਟਰ ਲੰਬੀ। ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੋ ਜੂਗਾ। ਸੋ ਤੁਸੀਂ ਕਮੈਂਟ ਸੈਕਸ਼ਨ 'ਚ ਦੇ ਵਿੱਚ ਜ਼ਰੂਰ ਦੱਸਿਓ ਵੀ ਆਪਾਂ ਸੈਚਰਡੇ ਯਾਨੀ ਕਿ ਪਰਸੋਂ ਨੂੰ ਇੱਕ ਹੋਰ ਮੌਕ ਟੈਸਟ ਤਿਆਰ ਕਰੀਏ ਜਾਂ ਨਾ ਕਰੀਏ, ਕਿਉਂਕਿ ਕਾਫੀ ਸਾਰੇ ਕੁਐਸਚਨ ਨੇ ਜਿਹੜੇ ਹਲੇ ਬਾਕੀ ਨੇ। ਸੋ ਮੈਂ ਸੋਚ ਰਿਹਾ ਸੀ ਆਪਾਂ ਸੈਚਰਡੇ ਇੱਕ ਹੋਰ 4 ਵਜੇ ਮੌਕ ਟੈਸਟ ਪਾ ਦਈਏ, ਠੀਕ ਹੈ ਜੀ। ਹਾਂਜੀ, 32 ਨੰਬਰ ਕੁਐਸਚਨ, ਗਰਭਾਸ਼ਯ ਦੀ ਮੋਟਾਈ ਕਿੰਨੀ ਹੁੰਦੀ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 2.5 ਸੈਂਟੀਮੀਟਰ,
ਨੰਬਰ 2 3 ਸੈਂਟੀਮੀਟਰ, ਨੰਬਰ 3 2.2 ਸੈਂਟੀਮੀਟਰ, ਨੰਬਰ 4 1.5 ਸੈਂਟੀਮੀਟਰ। ਸੋ ਇਸ ਦਾ ਰਾਈਟ ਆਨਸਰ ਹੋਊਗਾ ਜੀ ਆਪਸ਼ਨ ਨੰਬਰ 1 2.5 ਸੈਂਟੀਮੀਟਰ, ਯਾਨੀ ਯੂਟਰੈਸ ਦੀ ਮੋਟਾਈ ਹੁੰਦੀ ਹੈ। ਨੈਕਸਟ, ਹਾਂਜੀ 33 ਨੰਬਰ ਕੁਐਸਚਨ, ਗਰਭਾਸ਼ਯ ਦਾ ਸਭ ਤੋਂ ਹੇਠਲਾ ਭਾਗ ਕਿਹੜਾ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਸਰਵਿਕਸ, ਨੰਬਰ 2 ਯੋਨੀ ਮਾਰਗ, ਨੰਬਰ 3 ਗੁਦਾ, ਨੰਬਰ 4 ਕੋਈ ਨਹੀਂ। ਸੋ ਜਿਹੜਾ ਸਰਵਿਕਸ ਹੁੰਦਾ ਹੈ ਗਰਭਾਸ਼ਯ ਦਾ ਸਭ ਤੋਂ ਹੇਠਲਾ ਭਾਗ ਹੁੰਦਾ ਹੈ, ਆਪਸ਼ਨ ਨੰਬਰ 1 ਆ ਜਿਹੜਾ ਉਹ ਤੁਹਾਡਾ ਸਹੀ ਜਵਾਬ ਹੋਊਗਾ। ਜੇ ਵੀਡੀਓ ਦੀ ਸਪੀਡ ਤੁਹਾਨੂੰ ਥੋੜ੍ਹੀ ਜ਼ਿਆਦਾ ਲੱਗ ਰਹੀ ਹੈ ਤਾਂ ਪਾਊਜ਼ ਕਰਕੇ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਨੈਕਸਟ, ਸਰਵਾਈਕਲ ਮਾਰਕ ਦੀ ਲੰਬਾਈ ਕਿੰਨੀ ਹੁੰਦੀ ਹੈ? ਨੰਬਰ 1 2 ਸੈਂਟੀਮੀਟਰ, ਨੰਬਰ 2 2.8 ਸੈਂਟੀਮੀਟਰ, ਨੰਬਰ 3 2.5 ਸੈਂਟੀਮੀਟਰ, ਜਾਂ ਨੰਬਰ 4 ਸੈਂਟੀਮੀਟਰ। ਸੋ ਇਸਦਾ ਰਾਈਟ ਆਨਸਰ ਕਿਹੜਾ ਹੋਊ ਜੀ? ਆਪਸ਼ਨ ਨੰਬਰ 3 2.5 ਸੈਂਟੀਮੀਟਰ ਹੁੰਦੀ ਹੈ ਜੀ ਲੰਬਾਈ, ਠੀਕ ਹੈ। ਨੈਕਸਟ 35 ਨੰਬਰ ਕੁਐਸਚਨ, ਇਹ ਮੋਸਟ ਇੰਪੋਰਟੈਂਟ ਕੁਐਸਚਨ ਆ, ਕਾਫੀ ਵਾਰ ਆ ਜਾਂਦਾ ਪੇਪਰ 'ਚ। ਫੈਲੋਪੀਅਨ ਟਿਊਬ ਕਿੰਨੇ ਸੈਂਟੀਮੀਟਰ ਲੰਬੀ ਹੁੰਦੀ ਹੈ? ਨੰਬਰ 1 11 ਸੈਂਟੀਮੀਟਰ, ਨੰਬਰ 2 9 ਸੈਂਟੀਮੀਟਰ, ਨੰਬਰ 3 8 ਸੈਂਟੀਮੀਟਰ, ਜਾਂ ਨੰਬਰ 4 13 ਸੈਂਟੀਮੀਟਰ। ਜਿਹੜੀ ਫੈਲੋਪੀਅਨ ਟਿਊਬ ਆ ਇਹ ਹੁੰਦੀ ਹੈ ਜੀ 11 ਸੈਂਟੀਮੀਟਰ ਲੰਬੀ ਹੁੰਦੀ ਹੈ, ਠੀਕ ਹੈ ਜੀ, ਨੋਟ ਕਰ ਲਿਓ ਇਸ ਨੂੰ। ਨੈਕਸਟ 36 ਨੰਬਰ ਕੁਐਸਚਨ, ਹਾਂਜੀ ਪ੍ਰਸੂਤੀ ਕਾਲ ਦੀ ਆਬਾਦੀ ਕਿੰਨੀ ਹੁੰਦੀ ਹੈ? ਨਹੀਂ ਸੋਰੀ, ਇੱਥੇ ਅਵਧੀ ਆਉਣਾ ਸੀਗਾ, ਆਬਾਦੀ ਆ ਗਿਆ, ਠੀਕ ਆ। ਪ੍ਰਸੂਤੀ ਕਾਲ ਦੀ ਅਵਧੀ ਯਾਨੀ ਕਿ ਟਾਈਮ ਪੀਰੀਅਡ ਆ ਜਿਹੜਾ ਉਹ ਕਿੰਨਾ ਹੁੰਦਾ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 6 ਤੋਂ 7 ਹਫ਼ਤੇ, ਨੰਬਰ 2 5 ਤੋਂ 6 ਹਫ਼ਤੇ, ਨੰਬਰ 3 6 ਤੋਂ 8 ਹਫ਼ਤੇ, ਨੰਬਰ 4 4 ਤੋਂ 5 ਹਫ਼ਤੇ। ਸੋ ਸਹੀ ਜਵਾਬ ਹੋਊਗਾ ਜੀ ਆਪਸ਼ਨ ਨੰਬਰ 1 6 ਤੋਂ 7 ਹਫ਼ਤੇ ਹੁੰਦੇ ਆ। ਨੈਕਸਟ 37 ਨੰਬਰ ਕੁਐਸਚਨ, ਹਾਂਜੀ ਪਲੇਸੈਂਟਾ ਦਾ ਕੀ ਕੰਮ ਹੁੰਦਾ? ਨੰਬਰ 1 ਪੋਸ਼ਕ, ਨੰਬਰ 2 ਸਵਸਨੀ, ਨੰਬਰ 3 ਉਤਸਰਜੀ, ਨੰਬਰ 4 ਉਪਰੋਕਤ ਸਾਰੇ। ਸੋ ਇਸ ਦਾ ਰਾਈਟ ਆਨਸਰ ਆ ਜੀ ਆਪਸ਼ਨ ਨੰਬਰ 4, ਜਿਹੜਾ ਪਲੇਸੈਂਟਾ ਇਹਦੇ ਸਾਰੇ ਹੀ ਕੰਮ ਹੁੰਦੇ ਆ, ਪੋਸ਼ਕ, ਸਵਸਨੀ, ਉਤਸਰਜੀ, ਠੀਕ ਹੈ ਜੀ। ਨੈਕਸਟ 38 ਨੰਬਰ ਕੁਐਸਚਨ, 24 ਹਫ਼ਤੇ ਵਿੱਚ ਗਰਭ ਵਿਚਲੇ ਬੱਚੇ ਦਾ ਵਜ਼ਨ ਕਿੰਨਾ ਹੁੰਦਾ ਹੈ? 24ਵੇਂ ਯਾਨੀ ਕਿ 24ਵੇਂ ਹਫ਼ਤੇ ਵਿੱਚ ਗਰਭ ਵਿਚਲੇ ਬੱਚੇ ਦਾ ਵਜ਼ਨ ਕਿੰਨਾ ਹੁੰਦਾ ਹੈ? ਨੰਬਰ 1 500 ਗ੍ਰਾਮ, ਨੰਬਰ 2 600 ਗ੍ਰਾਮ, ਨੰਬਰ 3 700 ਗ੍ਰਾਮ, ਜਾਂ ਨੰਬਰ 4 800 ਗ੍ਰਾਮ। ਸੋ 24ਵੇਂ ਹਫ਼ਤੇ 'ਚ ਬੱਚੇ ਦਾ ਭਾਰ ਹੁੰਦਾ ਜੀ ਆਪਸ਼ਨ ਨੰਬਰ 3 ਸਹੀ ਜਵਾਬ ਆ, 700 ਗ੍ਰਾਮ ਹੁੰਦਾ ਹੈ, 700 ਗ੍ਰਾਮ ਦੇ ਕਰੀਬ ਹੁੰਦਾ ਜਾਂ, ਠੀਕ ਹੈ। ਹਾਂਜੀ ਨੈਕਸਟ ਆ ਗਿਆ ਕੁਐਸਚਨ, 32ਵੇਂ ਹਫ਼ਤੇ ਵਿੱਚ ਗਰਭ ਵਿਚਲੇ ਬੱਚੇ ਦਾ ਵਜ਼ਨ ਕਿੰਨਾ ਹੋ ਜਾਂਦਾ? ਤਾਂ ਆਪਸ਼ਨ ਆ ਤੁਹਾਡੇ ਕੋਲ 1.5 ਕਿਲੋਗ੍ਰਾਮ, ਨੰਬਰ 2 2.5 ਕਿਲੋਗ੍ਰਾਮ, ਨੰਬਰ 3 900 ਗ੍ਰਾਮ, ਨੰਬਰ 4 1.8 ਕਿਲੋਗ੍ਰਾਮ। ਸੋ ਇਹਦੇ ਵਿੱਚ ਸਹੀ ਜਵਾਬ ਹੋਊਗਾ ਜੀ 1.5 ਕਿਲੋਗ੍ਰਾਮ, ਯਾਨੀ ਕਿ 1.5 ਕਿਲੋਗ੍ਰਾਮ ਹੋ ਜਾਂਦਾ 32ਵੇਂ ਹਫ਼ਤੇ। 24ਵੇਂ 'ਚ ਹੁੰਦਾ 700 ਗ੍ਰਾਮ ਅਤੇ 32ਵੇਂ 'ਚ 1.5 ਕਿਲੋਗ੍ਰਾਮ ਦੇ ਕਰੀਬ, ਠੀਕ ਹੈ ਜੀ। ਹਾਂਜੀ ਨੈਕਸਟ 40 ਨੰਬਰ ਕੁਐਸਚਨ, ਖੋਪੜੀ ਵਿੱਚ ਕਿੰਨੇ ਫਾਟੇਨਲਸ ਹੁੰਦੇ ਹਨ? ਸੋ ਆਪਸ਼ਨ ਆ ਤੁਹਾਡੇ ਕੋਲ ਨੰਬਰ 1 4, ਨੰਬਰ 2 5, ਨੰਬਰ 3 6, ਨੰਬਰ 4 7। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ 3 6 ਫਾਟੇਨਲਸ ਹੁੰਦੇ ਹਨ। ਵੱਧਦੇ ਹਾਂ ਆਪਾਂ ਨੈਕਸਟ 41 ਨੰਬਰ ਕੁਐਸਚਨ ਵੱਲ। ਹਾਂਜੀ ਗਰਭ ਅਵਸਥਾ ਦੌਰਾਨ ਕਿਹੜੇ ਵਿਟਾਮਿਨ ਦੀ ਜ਼ਰੂਰਤ 5 ਗੁਣਾ ਤੱਕ ਵੱਧ ਜਾਂਦੀ ਆ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਵਿਟਾਮਿਨ ਬੀ, ਨੰਬਰ 2 ਵਿਟਾਮਿਨ B1, ਨੰਬਰ 3 ਵਿਟਾਮਿਨ B12, ਨੰਬਰ 4 ਵਿਟਾਮਿਨ ਡੀ। ਸੋ ਇਸ ਦਾ ਸਹੀ ਜਵਾਬ ਆ ਜੀ ਆਪਸ਼ਨ ਨੰਬਰ 2, ਜਿਹੜਾ ਵਿਟਾਮਿਨ B1 ਹੁੰਦਾ ਵਾ, ਜਦੋਂ ਪ੍ਰੈਗਨੈਂਸੀ ਹੁੰਦੀ ਆ ਤਾਂ ਇਹਦੀ ਜ਼ਰੂਰਤ ਆ ਜਿਹੜੀ ਉਹ 5 ਗੁਣਾ ਤੱਕ ਵੱਧ ਜਾਂਦੀ ਹੈ, ਠੀਕ ਹੈ ਜੀ। ਨੈਕਸਟ 42 ਨੰਬਰ ਕੁਐਸਚਨ, ਹੇਠ ਲਿਖਿਆਂ ਵਿੱਚੋਂ ਗਰਭ ਅਵਸਥਾ ਦੇ ਚਿੰਨ੍ਹ ਅਤੇ ਲੱਛਣ ਕਿਹੜੇ ਹਨ? ਨੰਬਰ 1 ਅਮੇਨਾਰੀਆ, ਨੰਬਰ 2 ਸਤਨ ਵਿੱਚ ਪਰਿਵਰਤਨ, ਨੰਬਰ 3 ਗਰਭ ਵਿੱਚ ਹਲਚਲ, ਨੰਬਰ 4 ਉਪਰੋਕਤ ਸਾਰੇ।
ਸੋ ਇਹ ਸਾਰੇ ਹੀ ਗਰਭ ਅਵਸਥਾ ਦੇ ਲੱਛਣ ਨੇ ਜੀ। ਗਰਭ ਵਿੱਚ ਹਲਚਲ, ਸਤਨ ਵਿੱਚ ਪਰਿਵਰਤਨ, ਅਮੀਨਾਰੀਆ, ਠੀਕ ਹੈ ਜੀ। ਸੋ ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 43 ਨੰਬਰ ਕੁਐਸਚਨ, ਜਦੋਂ ਕਿਸੇ ਔਰਤ ਨੂੰ 3 ਵਾਰ ਲਗਾਤਾਰ ਆਪਣੇ ਆਪ ਗਰਭਪਾਤ ਹੋ ਜਾਂਦਾ ਹੈ ਤਾਂ ਉਸਨੂੰ ਕੀ ਕਹਿੰਦੇ ਹਨ? ਨੰਬਰ 1 ਆਦਤਨ ਗਰਭਪਾਤ, ਨੰਬਰ 2 ਜ਼ਰੂਰੀ ਗਰਭਪਾਤ, ਨੰਬਰ 3 ਲੀਨ ਗਰਭਪਾਤ, ਨੰਬਰ 4 ਸੰਭਾਵਿਤ ਗਰਭਪਾਤ। ਤਾਂ ਇਸਦਾ ਰਾਈਟ ਆਂਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 1 ਆਦਤਨ ਗਰਭਪਾਤ ਕਿਹਾ ਜਾਂਦਾ, ਜਦੋਂ ਕਿਸੇ ਔਰਤ ਨੂੰ ਲਗਾਤਾਰ 3 ਵਾਰ ਆਪਣੇ ਆਪ ਗਰਭਪਾਤ ਹੋ ਜਾਂਦਾ ਵਾ। ਨੈਕਸਟ 44 ਨੰਬਰ ਕੁਐਸਚਨ, ਗਰਭ ਅਵਸਥਾ ਦੌਰਾਨ ਹਰ ਰੋਜ਼ ਕਿੰਨੇ ਗ੍ਰਾਮ ਪ੍ਰੋਟੀਨ ਲੈਣੀ ਚਾਹੀਦੀ ਹੈ? ਤਾਂ ਆਪਸ਼ਨ ਨੇ ਨੰਬਰ 1 70 ਗ੍ਰਾਮ, ਨੰਬਰ 2 85 ਗ੍ਰਾਮ, ਨੰਬਰ 3 80 ਗ੍ਰਾਮ ਜਾਂ ਨੰਬਰ 4 90 ਗ੍ਰਾਮ। ਸੋ ਪ੍ਰੈਗਨੈਂਸੀ ਦੇ ਦੌਰਾਨ 80 ਗ੍ਰਾਮ ਪ੍ਰੋਟੀਨ ਲੈਣੀ ਚਾਹੀਦੀ ਹੈ ਜੀ ਹਰ ਰੋਜ਼, ਤਾਂ ਆਪਸ਼ਨ ਨੰਬਰ 3 ਤੁਹਾਡਾ ਹੋਊਗਾ ਸਹੀ ਆਂਸਰ। ਹਾਂਜੀ 45 ਨੰਬਰ ਕੁਐਸਚਨ, ਗਰਭਵਤੀ ਔਰਤਾਂ ਨੂੰ ਹਰ ਰੋਜ਼ ਕਿੰਨੇ ਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ? ਤਾਂ ਆਪਸ਼ਨ ਨੇ ਨੰਬਰ 1 1.5 ਗ੍ਰਾਮ, ਨੰਬਰ 2 2.5 ਗ੍ਰਾਮ, ਨੰਬਰ 3 1.0 ਗ੍ਰਾਮ, ਨੰਬਰ 4 1.7 ਗ੍ਰਾਮ। ਸੋ ਜਿਹੜੀਆਂ ਪ੍ਰੈਗਨੈਂਸੀ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ 1.5 ਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਆ ਪਰ ਡੇ, ਠੀਕ ਹੈ ਜੀ। ਨੈਕਸਟ 46 ਨੰਬਰ ਕੁਐਸਚਨ, ਹਾਂਜੀ 600 ml ਦੁੱਧ ਵਿੱਚ ਕਿੰਨੇ ਗ੍ਰਾਮ ਕੈਲਸ਼ੀਅਮ ਹੁੰਦਾ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 0.90 ਗ੍ਰਾਮ, ਨੰਬਰ 2 0.50 ਗ੍ਰਾਮ, ਨੰਬਰ 3 0.38 ਗ੍ਰਾਮ ਜਾਂ ਨੰਬਰ 3 ਨੰਬਰ 4 0.68 ਗ੍ਰਾਮ। ਸੋ ਜਿਹੜਾ 600 ml ਦੁੱਧ ਹੁੰਦਾ ਉਹਦੇ ਵਿੱਚ 0.68 ਗ੍ਰਾਮ ਆ ਜਿਹੜਾ ਉਹ ਕੈਲਸ਼ੀਅਮ ਹੁੰਦਾ, ਆਪਸ਼ਨ ਨੰਬਰ 4 ਹੋਊਗਾ ਤੁਹਾਡਾ ਸਹੀ ਜਵਾਬ। ਹਾਂਜੀ 47 ਨੰਬਰ ਕੁਐਸਚਨ ਆ, ਮਨੁੱਖ ਦੇ ਕੰਨ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਮਨੁੱਖ ਦੇ ਕੰਨਾਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ? ਤਾਂ ਆਪਸ਼ਨ ਆ ਤੁਹਾਡੇ ਕੋਲ ਨੰਬਰ 1 3, ਨੰਬਰ 2 6, ਨੰਬਰ 3 8 ਜਾਂ ਨੰਬਰ 4 4। ਸੋ ਜਿਹੜਾ ਮਨੁੱਖ ਦਾ ਕੰਨ ਆ, ਜਿਹੜੇ ਮਨੁੱਖ ਦੇ ਕੰਨ ਨੇ ਮਤਲਬ ਦੋਨੇ ਕੰਨ ਨੇ ਇਹਨਾਂ ਵਿੱਚ 6 ਹੱਡੀਆਂ ਹੁੰਦੀਆਂ। ਸੋ 2 ਨੰਬਰ ਆਪਸ਼ਨ ਤੁਹਾਡਾ ਸਹੀ ਜਵਾਬ ਹੋਊਗਾ। ਜੇ ਤੁਹਾਨੂੰ ਕੁਐਸਚਨ ਆਉਂਦਾ ਵਾ ਬਈ ਮਨੁੱਖ ਦੇ ਇੱਕ ਕੰਨ ਵਿੱਚ ਜਾਂ ਕੰਨ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ, ਤਾਂ ਉਹ 3 ਹੁੰਦੀਆਂ ਨੇ ਅਤੇ ਦੋਨਾਂ ਕੰਨਾਂ ਦੇ ਵਿੱਚ ਹੱਡੀਆਂ 6 ਹੁੰਦੀਆਂ ਨੇ। ਅਤੇ ਜਿਹੜੀ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਆ ਸਟੈਪਿਜ, ਉਹ ਵੀ ਕੰਨ ਦੇ ਵਿੱਚ ਹੀ ਹੁੰਦੀ ਹੈ। ਨੈਕਸਟ 48 ਨੰਬਰ ਕੁਐਸਚਨ, ਹਾਂਜੀ ਮਿਡਵਾਈਫ ਸ਼ਬਦ ਵਿੱਚ ਮਿਡ ਦਾ ਕੀ ਅਰਥ ਹੈ? ਨੰਬਰ 1 ਸਲਾਹ ਦੇਣਾ, ਨੰਬਰ 2 ਕੰਮ ਕਰਨ ਦੀ ਪ੍ਰਵਿਰਤੀ, ਨੰਬਰ 3 ਮਿਲ ਜੁਲ ਕੇ ਜਾਂ ਨੰਬਰ 4 ਉਪਰੋਕਤ ਸਾਰੇ। ਸੋ ਮਿਡਵਾਈਫ ਸ਼ਬਦ ਦਾ ਅਰਥ ਹੈਗਾ ਜੀ ਆਪਸ਼ਨ ਨੰਬਰ 3 ਮਿਲ ਜੁਲ ਕੇ, ਯਾਨੀ ਕਿ ਮਿਲ ਜੁਲ ਕੇ ਕੰਮ ਕਰਨਾ। ਨੈਕਸਟ 49 ਨੰਬਰ ਕੁਐਸਚਨ, ਹਾਂਜੀ ਉਹ ਕਿਹੜਾ ਮਾਰਗ ਹੈ ਜਿਸ ਵਿੱਚੋਂ ਜਨਮ ਦੀ ਪ੍ਰਕਿਰਿਆ ਦੌਰਾਨ ਗਰਭ ਵਿਚਲੇ ਬੱਚੇ ਨੂੰ ਕੱਢਿਆ ਜਾਂਦਾ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਸ਼੍ਰੇਣੀ, ਨੰਬਰ 2 ਸਤਰੇਣ, ਨੰਬਰ 3 ਸਯੋਗ, ਨੰਬਰ 4 ਕੋਈ ਨਹੀਂ। ਸੋ ਇਹਨਾਂ ਵਿੱਚੋਂ ਕਿਹੜਾ ਮਾਰਗ ਆ? ਤਾਂ ਰਾਈਟ ਆਂਸਰ ਆ ਜੀ ਆਪਸ਼ਨ ਨੰਬਰ 1 ਸ਼੍ਰੇਣੀ ਰਾਹੀਂ, ਠੀਕ ਹੈ ਜੀ। ਨੈਕਸਟ 50 ਨੰਬਰ ਕੁਐਸਚਨ, ਹਾਂਜੀ ਓਵਰੀਅਨ ਧਮਣੀ ਕਿਹੜੀ ਮਹਾਂਧਮਣੀ ਦੀ ਸ਼ਾਖਾ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਉਦਰੀ ਮਹਾਂਧਮਣੀ, ਨੰਬਰ 2 ਕਾਰੋਨਰੀ ਮਹਾਂਧਮਣੀ, ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ। ਸੋ ਜਿਹੜੀ ਓਵਰੀਅਨ ਧਮਣੀ ਆ ਇਹ ਉਦਰੀ ਮਹਾਂਧਮਣੀ ਦੀ ਇੱਕ ਸ਼ਾਖਾ ਹੈ, ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 51 ਨੰਬਰ ਕੁਐਸਚਨ, ਜਦੋਂ ਧੜਕਣ 160 ਪ੍ਰਤੀ ਮਿੰਟ ਤੋਂ ਵੱਧ ਹੋਵੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਨੰਬਰ 1 ਆਧਾਰ ਰੇਖਾ ਧੜਕਣ, ਨੰਬਰ 2 ਤੇਜ਼ ਧੜਕਣ, ਨੰਬਰ 3 ਆਧਾਰ ਰੇਖਾ ਅਤਿਅਸ਼ ਧੜਕਣ, ਨੰਬਰ 4 ਕੋਈ ਨਹੀਂ। ਸੋ ਜਦੋਂ 160 ਪ੍ਰਤੀ ਮਿੰਟ ਤੋਂ ਧੜਕਣ ਵੱਧ ਹੋਵੇ ਤਾਂ ਉਸਨੂੰ ਆਧਾਰ ਰੇਖਾ ਅਤਿਅਸ਼ ਧੜਕਣ ਕਿਹਾ ਜਾਂਦਾ, ਆਪਸ਼ਨ ਨੰਬਰ 3 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਆ। ਸੋ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਨਾਲ ਦੀ ਨਾਲ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਕਿਉਂਕਿ ਬਹੁਤ ਮਿਹਨਤ ਆਉਂਦੀ ਆ
PDFਾਂ ਬਣਾ ਕੇ ਵੀਡੀਓਜ਼ ਰਿਕਾਰਡ ਕਰਨ 'ਤੇ। ਸੋ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਉਹਦੇ ਨਾਲ ਹੋਰ ਵੀ ਮੋਟੀਵੇਸ਼ਨ ਮਿਲਦੀ ਆ। ਸੋ ਅੱਗੇ ਆਪਾਂ ਵਧੀਆ ਵਧੀਆ ਹੋਰ ਵੀਡੀਓਆਂ ਲੈ ਕੇ ਆਈਏ। ਸੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ। ਹਾਂਜੀ, ਨੈਕਸਟ ਕੁਐਸਚਨ ਆ 52 ਨੰਬਰ ਕੁਐਸਚਨ। ਔਰਤ ਦੇ ਜਨਣ ਅੰਗਾਂ ਵਿੱਚੋਂ ਸਭ ਤੋਂ ਵੱਧ ਟਿਊਮਰ ਕਿੱਥੇ ਪਾਇਆ ਜਾਂਦਾ ਹੈ? ਤਾਂ ਆਪਸ਼ਨ ਨੇ, ਨੰਬਰ 1 ਓਵਰੀ ਵਿੱਚ, ਨੰਬਰ 2 ਯੂਟਰਸ ਵਿੱਚ, ਨੰਬਰ 3 ਫੈਲੋਪੀਅਨ ਟਿਊਬ ਵਿੱਚ, ਨੰਬਰ 4 ਕਿਤੇ ਨਹੀਂ। ਸੋ ਸਭ ਤੋਂ ਜ਼ਿਆਦਾ ਜਿਹੜਾ ਟਿਊਮਰ ਆ ਉਹ ਕਿੱਥੇ ਪਾਇਆ ਜਾਂਦਾ? ਉਹ ਪਾਇਆ ਜਾਂਦਾ ਜੀ ਯੂਟਰਸ ਵਿੱਚ। ਆਪਸ਼ਨ ਨੰਬਰ 2 ਤੁਹਾਡਾ ਹੋ ਜੂਗਾ ਸਹੀ ਜਵਾਬ। ਹਾਂਜੀ, 53 ਨੰਬਰ ਕੁਐਸਚਨ, ਮਨੁੱਖ ਦੀ ਛੋਟੀ ਅੰਤੜੀ ਦੀ ਲੰਬਾਈ ਕਿੰਨੀ ਹੁੰਦੀ ਹੈ? ਆਪਸ਼ਨ ਨੇ ਤੁਹਾਡੇ ਕੋਲ, ਨੰਬਰ 1 5 ਮੀਟਰ, ਨੰਬਰ 2 7 ਮੀਟਰ, ਨੰਬਰ 3 8 ਮੀਟਰ, ਜਾਂ ਨੰਬਰ 4 4 ਮੀਟਰ। ਸੋ ਜਿਹੜੀ ਮਨੁੱਖ ਦੀ ਛੋਟੀ ਆਂਤ ਹੁੰਦੀ ਆ ਇਹਦੀ ਲੰਬਾਈ ਕਿੰਨੀ ਹੁੰਦੀ? ਸੋ ਹਾਂਜੀ, ਜਿਹੜੀ ਛੋਟੀ ਆਂਤ ਹੁੰਦੀ ਆ ਮਨੁੱਖੀ ਸਰੀਰ ਦੀ ਇਹਦੀ ਲੰਬਾਈ 7 ਮੀਟਰ ਹੁੰਦੀ ਆ। ਇਹ ਤੁਹਾਨੂੰ ਆਪਸ਼ਨ ਦੇ ਵਿੱਚ ਇੱਦਾਂ ਵੀ ਆ ਸਕਦਾ 6 ਤੋਂ 7 ਮੀਟਰ ਵੀ ਆ ਸਕਦਾ, ਠੀਕ ਹੈ ਜੀ, ਜਾਂ ਜੇ ਫੁੱਟਾਂ ਦੇ ਵਿੱਚ ਆ ਜਾਵੇ ਤਾਂ 20 ਤੋਂ 22 ਫੁੱਟ ਹੁੰਦੀ ਆ ਛੋਟੀ ਆਂਤ ਦੀ ਲੰਬਾਈ, ਠੀਕ ਹੈ ਜੀ। ਸੋ ਨੈਕਸਟ 54 ਨੰਬਰ ਕੁਐਸਚਨ। ਹਾਂਜੀ, ਭਾਰਤ ਵਿੱਚ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਜ਼ਿਆਦਾ ਕੈਂਸਰ ਕਿਹੜਾ ਹੈ? ਕਿਹੜਾ ਕੈਂਸਰ ਆ ਜਿਹੜਾ ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਹੁੰਦਾ? ਤਾਂ ਆਪਸ਼ਨ ਆ ਤੁਹਾਡੇ ਕੋਲ, ਨੰਬਰ 1 ਬ੍ਰੈਸਟ ਕੈਂਸਰ, ਨੰਬਰ 2 ਓਵਰੀ ਦਾ ਕੈਂਸਰ, ਨੰਬਰ 3 ਮੂੰਹ ਦਾ ਕੈਂਸਰ, ਨੰਬਰ 4 ਸਰਵਿਕਸ ਦਾ ਕੈਂਸਰ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਹੋ ਜੂਗਾ ਜੀ ਆਪਸ਼ਨ ਨੰਬਰ 4, ਜਿਹੜਾ ਸਰਵਿਕਸ ਦਾ ਕੈਂਸਰ ਹੈ ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ। 55 ਨੰਬਰ ਕੁਐਸਚਨ। ਹਾਂਜੀ, ਕੂਣੀ ਵਿੱਚ ਕਿਹੜਾ ਜੋੜ ਹੁੰਦਾ ਹੈ? ਨੰਬਰ 1 ਹਿੰਜ ਜੋੜ, ਨੰਬਰ 2 ਫਿਕਸ ਜੋੜ, ਨੰਬਰ 3 ਪਿਵੋਟਲ ਜੋੜ, ਨੰਬਰ 4 ਕੋਈ ਨਹੀਂ। ਸੋ ਜਿਹੜਾ ਕੂਣੀ ਦਾ ਜੋੜ ਆ ਇਸਨੂੰ ਕੀ ਕਿਹਾ ਜਾਂਦਾ? ਆਪਸ਼ਨ ਨੰਬਰ 1 ਹਿੰਜ ਜੋੜ ਕਿਹਾ ਜਾਂਦਾ ਹੈ। ਨੈਕਸਟ 56 ਨੰਬਰ ਕੁਐਸਚਨ। ਹਾਂਜੀ, ਅੰਧਰਾਤੇ ਦੇ ਮਰੀਜ਼ ਨੂੰ ਕੀ ਖਾਣ ਦੀ ਸਲਾਹ ਦਿੱਤੀ ਜਾਂਦੀ ਆ? ਤਾਂ ਆਪਸ਼ਨ ਨੇ, ਨੰਬਰ 1 ਕੇਲਾ, ਨੰਬਰ 2 ਸੇਬ, ਨੰਬਰ 3 ਸ਼ਕਰਕੰਦੀ, ਨੰਬਰ 4 ਅਨਾਨਾਸ। ਸੋ ਅੰਧਰਾਤੇ ਦੇ ਮਰੀਜ਼ ਨੂੰ ਸ਼ਕਰਕੰਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਆ, ਆਪਸ਼ਨ ਨੰਬਰ 3 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 57 ਨੰਬਰ ਕੁਐਸਚਨ, ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡਾ ਆਹਾਰ ਪਾਚਕ ਕਿਹੜਾ ਹੈ? ਉਹ ਕਿਹੜਾ ਅੰਗ ਹੈ ਜਿੱਥੇ ਜਿਹੜਾ ਆਪਾਂ ਭੋਜਨ ਖਾਂਦੇ ਹਾਂ ਉਹ ਸਭ ਤੋਂ ਜ਼ਿਆਦਾ ਹਜ਼ਮ ਹੁੰਦਾ ਵਾ? ਤਾਂ ਆਪਸ਼ਨ ਨੰਬਰ ਆ ਜੀ, ਨੰਬਰ 1 ਦਿਲ, ਨੰਬਰ 2 ਜਿਗਰ, ਨੰਬਰ 3 ਛੋਟੀ ਆਂਦਰ, ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਹੋਊਗਾ ਛੋਟੀ ਆਂਤ ਆ ਜਿਹੜੀ ਇਹ ਭੋਜਨ ਨੂੰ ਹਜ਼ਮ ਕਰਦੀ ਹੈ ਸਭ ਤੋਂ ਵੱਧ, ਠੀਕ ਹੈ ਜੀ। ਹਾਂਜੀ, 58 ਨੰਬਰ ਕੁਐਸਚਨ, ਮਨੁੱਖੀ ਸਰੀਰ ਦੇ ਕਿਸ ਅੰਗ ਨੂੰ ਰਿਜ਼ਰਵ ਬਲੱਡ ਬੈਂਕ ਕਿਹਾ ਜਾਂਦਾ ਹੈ? ਇਹ ਇੰਪੋਰਟੈਂਟ ਕੁਐਸਚਨ ਆ, ਠੀਕ ਆ ਜੀ, ਬਹੁਤ ਵੇਰ ਆਉਂਦਾ ਪੇਪਰਾਂ 'ਚ, ਨੰਬਰ 1 ਤਿੱਲੀ, ਨੰਬਰ 2 ਸਪਲੀਨ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਇਹਦਾ ਰਾਈਟ ਆਂਸਰ ਹੋ ਜੂਗਾ ਆਪਸ਼ਨ ਨੰਬਰ 3 ਦੋਵੇਂ, ਠੀਕ ਹੈ ਜੀ। ਜਿਹੜੀ ਤਿੱਲੀ ਅਤੇ ਸਪਲੀਨ ਆ ਇਹ ਦੋਵਾਂ ਨੂੰ ਹੀ ਬਲੱਡ ਬੈਂਕ ਕਿਹਾ ਜਾਂਦਾ, ਇੱਕੇ ਦੇ ਹੀ ਨਾਂ ਨੇ, ਠੀਕ ਹੈ ਜੀ। ਹਾਂਜੀ, 59 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜੇ ਖੂਨ ਦਾ ਸੈੱਲ ਨਹੀਂ ਹੈ? ਇਹਨਾਂ ਵਿੱਚੋਂ ਕਿਹੜਾ ਵਾ ਜਿਹੜਾ ਖੂਨ ਦਾ ਸੈੱਲ ਨਹੀਂ ਹੈਗਾ? ਨੰਬਰ 1 RBC, ਨੰਬਰ 2 WBC, ਨੰਬਰ 3 ਪਲੇਟਲੈਟਸ, ਨੰਬਰ 4 ਪਲਮਨਰੀ। ਸੋ ਇਹਨਾਂ ਵਿੱਚੋਂ ਆਪਸ਼ਨ ਨੰਬਰ 4 ਆ ਜਿਹੜਾ ਪਲਮਨਰੀ ਹੈ, ਖੂਨ ਦਾ ਸੈੱਲ ਨਹੀਂ, ਬਾਕੀ ਆ ਤਿੰਨੋਂ ਨੇ ਜਿਹੜੇ ਇਹ ਬਲੱਡ ਦੇ ਸੈੱਲ ਨੇ, RBC ਵਾਈਟ ਰੈੱਡ ਬਲੱਡ ਸੈੱਲ, WBC ਵਾਈਟ ਬਲੱਡ ਸੈੱਲ ਅਤੇ ਪਲੇਟਲੈਟਸ, ਠੀਕ ਹੈ ਜੀ। ਪਲੇਟਲੈਟਸ ਕਾਹਦੇ ਵਿੱਚ ਮਦਦ ਕਰਦਾ? ਇਹ ਬਲੱਡ ਕਲੋਟਿੰਗ ਵਿੱਚ ਮਦਦ ਹੈਲਪ ਕਰਦਾ ਵਾ, ਠੀਕ ਹੈ ਜੀ, ਕਰਦੇ ਨੇ। ਹਾਂਜੀ, 60 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ?
ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਜੀ? ਨੰਬਰ 1 ਮਨੁੱਖੀ ਦਿਲ ਦਾ 80 ਗ੍ਰਾਮ ਭਾਰ ਛਾਤੀ ਦੇ ਵਿਚਕਾਰ ਹੁੰਦਾ ਹੈ। ਨੰਬਰ 2 ਮਨੁੱਖੀ ਦਿਲ ਦਾ 220 ਗ੍ਰਾਮ ਭਾਰ ਛਾਤੀ ਦੇ ਖੱਬੇ ਪਾਸੇ ਹੁੰਦਾ ਹੈ। ਨੰਬਰ 3 ਉਪਰੋਕਤ ਦੋਨੋਂ ਸਹੀ ਹਨ, ਜਾਂ ਨੰਬਰ 4 ਮਨੁੱਖੀ ਦਿਲ ਛਾਤੀ ਦੇ ਸੱਜੇ ਪਾਸੇ ਹੁੰਦਾ। ਸੋ ਇੱਥੇ ਤੁਸੀਂ ਦੇਖ ਲਓ, ਜਿਹੜਾ ਆ ਤਾਂ ਗਲਤ ਹੀ ਆ ਕਿ ਮਨੁੱਖੀ ਦਿਲ ਛਾਤੀ ਦੇ ਖੱਬੇ ਪਾਸੇ ਹੁੰਦਾ, ਨਾ ਕਿ ਸੱਜੇ ਪਾਸੇ। ਸੋ ਜਿਹੜੇ ਉੱਪਰਲੇ 2 ਆਪਸ਼ਨ ਨੇ ਇਹ ਦੋਨੋਂ ਹੀ ਸਹੀ ਨੇ, ਇਸ ਕਰਕੇ ਤੁਹਾਡਾ ਜਿਹੜਾ 3 ਨੰਬਰ ਆਪਸ਼ਨ ਆ ਇਹ ਤੁਹਾਡੀ ਸਹੀ ਹੋ ਜੂਗੀ। ਠੀਕ ਹੈ ਜੀ, ਨੈਕਸਟ। ਹਾਂਜੀ, 61 ਨੰਬਰ ਕੁਐਸਚਨ, ਡੱਡੂ ਦੇ ਦਿਲ ਦੇ ਕਿੰਨੇ ਭਾਗ ਹੁੰਦੇ ਹਨ? ਸੋ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 3, ਨੰਬਰ 2 4, ਨੰਬਰ 3 5, ਜਾਂ ਨੰਬਰ 4 2। ਸੋ ਜਿਹੜਾ ਡੱਡੂ ਹੁੰਦਾ ਉਹਦੇ ਦਿਲ ਦੇ 3 ਭਾਗ ਹੁੰਦੇ ਨੇ। ਠੀਕ ਹੈ ਜੀ, ਇਹੋ ਜਿਹਾ ਤੁਹਾਡਾ ਰਾਈਟ ਆਂਸਰ। ਅਤੇ ਜੇ ਪੁੱਛਿਆ ਜਾਵੇ ਵੀ ਇਨਸਾਨ ਦੇ ਦਿਲ ਦੇ ਹਾਰਟ ਦੇ ਆਪਣੇ ਦੇ ਕਿੰਨੇ ਭਾਗ ਹੁੰਦੇ ਆ, ਤਾਂ ਹੁੰਦੇ ਆ ਜੀ 4। ਠੀਕ ਹੈ ਜੀ, ਉਹ ਤੁਹਾਡਾ ਸਹੀ ਆਂਸਰ ਹੋਊਗਾ। ਨੈਕਸਟ 62 ਨੰਬਰ ਕੁਐਸਚਨ, ਮਨੁੱਖ ਵਿੱਚ ਕਾਰਬੋਹਾਈਡਰੇਟਸ ਕਿੱਥੇ ਜਮ੍ਹਾਂ ਹੁੰਦੇ ਹਨ? ਨੰਬਰ 1 ਕਿਡਨੀ ਵਿੱਚ, ਨੰਬਰ 2 ਜਿਗਰ ਵਿੱਚ, ਨੰਬਰ 3 ਜਿਗਰ ਅਤੇ ਮਾਸਪੇਸ਼ੀਆਂ ਵਿੱਚ, ਨੰਬਰ 4 ਮਾਸਪੇਸ਼ੀਆਂ ਵਿੱਚ। ਸੋ ਜਿਹੜੇ ਕਾਰਬੋਹਾਈਡਰੇਟਸ ਹੈ ਕਿੱਥੇ ਜਮ੍ਹਾਂ ਹੁੰਦੇ ਆ? ਇਹ ਹੁੰਦੇ ਆ ਜੀ ਆਪਸ਼ਨ ਨੰਬਰ 3, ਜਿਗਰ ਅਤੇ ਮਾਸਪੇਸ਼ੀਆਂ ਦੇ ਵਿੱਚ ਜਮ੍ਹਾਂ ਹੁੰਦੇ ਨੇ। ਨੈਕਸਟ 63 ਨੰਬਰ ਕੁਐਸਚਨ, ਫਿਜ਼ੀਓਲੋਜੀ ਕਿਸ ਦਾ ਅਧਿਐਨ ਹੈ? ਨੰਬਰ 1 ਮਨੁੱਖੀ ਸਰੀਰ ਦੇ ਕੰਮਾਂ ਦਾ, ਨੰਬਰ 2 ਸਰੀਰ ਵਿੱਚ ਸੈੱਲਾਂ ਦਾ, ਨੰਬਰ 3 ਸਰੀਰ ਦੇ ਢਾਂਚੇ ਦਾ, ਨੰਬਰ 4 ਉਪਰੋਕਤ ਸਾਰੇ। ਸੋ ਜਿਹੜੀ ਫਿਜ਼ੀਓਲੋਜੀ ਆ ਇਹ ਕਿਹਦਾ ਅਧਿਐਨ ਆ? ਇਹ ਹੈਗਾ ਜੀ ਮਨੁੱਖੀ ਸਰੀਰ ਦੇ ਕੰਮਾਂ ਦਾ ਅਧਿਐਨ। ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 64 ਨੰਬਰ ਕੁਐਸਚਨ, ਹਾਂਜੀ STD ਦਾ ਕੀ ਅਰਥ ਹੈ? ਨੰਬਰ 1 ਸਿੱਧੇ ਤੌਰ 'ਤੇ ਸੰਚਾਰਿਤ ਬਿਮਾਰੀਆਂ, ਨੰਬਰ 2 ਸਰੀਰਕ ਸੰਬੰਧਾਂ ਦੁਆਰਾ ਸੰਚਾਰਿਤ ਬਿਮਾਰੀਆਂ, ਨੰਬਰ 3 ਵਿਸ਼ਿਸ਼ਟ ਤੌਰ 'ਤੇ ਸੰਚਾਰਿਤ ਬਿਮਾਰੀਆਂ, ਨੰਬਰ 4 ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ STD ਉਹ ਹੁੰਦੀ ਹੈ ਜੀ ਜਿਹੜੀਆਂ ਸਰੀਰਕ ਸੰਬੰਧਾਂ ਦੁਆਰਾ ਸੰਚਾਰਿਤ ਬਿਮਾਰੀਆਂ। ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਆ। ਜਿੱਦਾਂ HIV ਆ ਜਿਹੜੀ, ਇਹ ਸਰੀਰਕ ਸੰਬੰਧਾਂ ਦੁਆਰਾ ਹੋ ਜਾਂਦੀ ਹੈ, ਜਾਂ ਬਲੱਡ ਚੜ੍ਹਨ ਨਾਲ ਇੱਕ ਦੂਜੇ ਦਾ, ਜਾਂ ਸਰਿੰਜਾਂ ਯੂਜ਼ ਕਰਨ ਨਾਲ ਹੋ ਜਾਂਦੀ ਹੈ। ਠੀਕ ਹੈ ਜੀ, ਸੰਕ੍ਰਮਿਤ ਸੂਈਆਂ ਨਾਲ। ਹਾਂਜੀ 65 ਨੰਬਰ ਕੁਐਸਚਨ, ਕੈਂਸਰ ਪੈਦਾ ਕਰਨ ਵਾਲੇ ਅਲਸਰ ਕਿਹਨਾਂ ਹਾਲਾਤਾਂ ਵਿੱਚ ਕੰਮ ਕਰਦੇ ਹਨ? ਨੰਬਰ 1 ਬਚਪਨ ਅਤੇ ਕਿਸ਼ੋਰ ਅਵਸਥਾ, ਨੰਬਰ 2 ਕਿਸ਼ੋਰ ਅਵਸਥਾ ਅਤੇ ਬਾਲਗ, ਨੰਬਰ 3 ਬਾਲਗ, ਨੰਬਰ 4 ਉਪਰੋਕਤ ਸਾਰੇ। ਸੋ ਜਿਹੜੇ ਕੈਂਸਰ ਪੈਦਾ ਕਰਨ ਵਾਲੇ ਅਲਸਰ ਆ, ਇਹ ਨੰਬਰ 1 ਤੁਹਾਡਾ ਸਹੀ ਜਵਾਬ ਹੋਊਗਾ, ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਕੰਮ ਕਰਦੇ ਆ। ਠੀਕ ਹੈ ਜੀ, ਨੈਕਸਟ 66 ਨੰਬਰ, ਹੀਮੋਗਲੋਬਿਨ ਬਣਾਉਣ ਲਈ ਕਿਹੜਾ ਖਣਿਜ ਜ਼ਰੂਰੀ ਹੁੰਦਾ ਹੈ? ਸੋ ਕਿਹੜਾ ਖਣਿਜ ਆ ਜਿਹਦੇ ਕਰਕੇ ਹੀਮੋਗਲੋਬਿਨ ਬਣਾਉਣ ਲਈ ਜ਼ਰੂਰੀ ਹੁੰਦਾ? ਨੰਬਰ 1 ਲੋਹਾ, ਨੰਬਰ 2 ਕੈਲਸ਼ੀਅਮ, ਨੰਬਰ 3 ਫਾਸਫੋਰਸ, ਨੰਬਰ 4 ਪੋਟਾਸ਼ੀਅਮ। ਸੋ ਇਸਦਾ ਰਾਈਟ ਆਂਸਰ ਹੋ ਜੂਗਾ ਜੀ ਆਪਸ਼ਨ ਨੰਬਰ 1 ਲੋਹਾ। ਠੀਕ ਹੈ ਜੀ, ਜਿਹੜਾ ਲੋਹਾ ਵਾ ਉਹ ਹੀਮੋਗਲੋਬਿਨ ਬਣਾਉਣ ਲਈ ਜ਼ਰੂਰੀ ਹੁੰਦਾ ਵਾ। ਸੋ ਲੋਹਾ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਪਾਇਆ ਜਾਂਦਾ ਵਾ? ਤਾਂ ਇਹ ਪਾਇਆ ਜਾਂਦਾ ਵਾ ਜੀ ਪਾਲਕ ਦੇ ਵਿੱਚ। ਠੀਕ ਆ, ਪਾਲਕ ਦੇ ਪੱਤਿਆਂ ਵਿੱਚ ਜਿਹੜਾ ਲੋਹਾ ਉਹ ਭਰਪੂਰ ਮਾਤਰਾ ਵਿੱਚ ਹੁੰਦਾ। ਅਤੇ ਲੋਹਾ ਜਾਂ ਆਇਰਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਵਾ? ਤਾਂ ਹੋ ਜਾਂਦਾ ਵਾ ਅਨੀਮੀਆ। ਇਹ ਵੀ ਤੁਸੀਂ ਪੁਆਇੰਟ ਨੇ ਜਿਹੜੇ ਇਹ ਯਾਦ ਰੱਖਣੇ ਹੋਣਗੇ। ਠੀਕ ਹੈ ਜੀ, ਹਾਂਜੀ 67 ਨੰਬਰ ਕੁਐਸਚਨ, ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਨੂੰ ਕਿਹੜਾ ਰੋਗ ਹੁੰਦਾ ਹੈ? ਨੰਬਰ 1 ਰਿਕੇਟਸ, ਨੰਬਰ 2 ਪੀਲੀਆ, ਨੰਬਰ 3 ਪੋਲੀਓ, ਜਾਂ ਨੰਬਰ 4 ਉਪਰੋਕਤ ਕੋਈ ਨਹੀਂ। ਸੌਖਾ ਹੀ ਹੈ ਜੀ ਕੁਐਸਚਨ, ਕਾਫੀ ਵੇਰ ਆਪਾਂ ਕਰ ਚੁੱਕੇ ਹਾਂ। ਜਿਹੜੀ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਹੁੰਦਾ ਉਹ ਆ ਜੀ ਰਿਕੇਟਸ। ਠੀਕ ਹੈ ਜੀ, ਆਪਸ਼ਨ ਨੰਬਰ 1 ਆ ਤੁਹਾਡਾ ਰਾਈਟ ਆਂਸਰ। ਅਤੇ ਇਹ ਵਿਟਾਮਿਨ ਡੀ ਦੀ ਕਮੀ ਨਾਲ ਵੀ ਹੁੰਦਾ ਵਾ ਰਿਕੇਟਸ। ਠੀਕ ਹੈ ਜੀ, ਇੱਥੇ ਤੁਹਾਨੂੰ ਮੈਂ ਫੇਰ ਯਾਦ ਕਰਵਾ ਦਿੰਦਾ, ਵਿਟਾਮਿਨ ਏ ਦੀ ਕਮੀ ਨਾਲ, ਏ ਫੋਰ
ਅੰਦਰਾਤਾ, ਠੀਕ ਹੈ ਜੀ। ਮਤਲਬ ਉੱਦਾਂ ਹੀ ਇਹ ਬਣਾਇਆ ਹੋਇਆ ਵੀ ਜੇ ਯਾਦ ਰੱਖਣਾ ਹੋਵੇ ਤਾਂ ਵਿਟਾਮਿਨ ਏ ਦੀ ਕਮੀ ਨਾਲ ਅੰਦਰਾਤਾ, ਵਿਟਾਮਿਨ ਬੀ ਦੀ ਕਮੀ ਨਾਲ ਬੇਰੀ ਬੇਰੀ, ਬੀ ਫੋਰ ਬੇਰੀ ਬੇਰੀ, ਅਤੇ ਵਿਟਾਮਿਨ ਸੀ ਦੀ ਕਮੀ ਨਾਲ ਸੀ ਫੋਰ ਸਕਰਵੀ ਰੋਗ ਹੁੰਦੇ ਨੇ, ਠੀਕ ਹੈ, ਤੁਸੀਂ ਯਾਦ ਰੱਖਣਾ। ਅਤੇ ਜੇ ਵਿਟਾਮਿਨ ਡੀ ਆ ਤਾਂ ਉਹਦੀ ਕਮੀ ਨਾਲ ਰਿਕੇਟਸ ਹੁੰਦਾ ਵਾ। ਨੈਕਸਟ 68, ਐੱਚ ਆਈ ਵੀ ਬਿਮਾਰੀ ਦਾ ਨਿਰੀਖਣ ਕਿਵੇਂ ਕੀਤਾ ਜਾ ਸਕਦਾ ਹੈ? ਨੰਬਰ 1 ਬਲੱਡ ਟੈਸਟ ਕਰਕੇ, ਨੰਬਰ 2 ਪਿਸ਼ਾਬ ਟੈਸਟ ਕਰਕੇ, ਨੰਬਰ 3 ਪਲਾਜ਼ਮਾ ਟੈਸਟ ਕਰਕੇ, ਜਾਂ ਨੰਬਰ 4 ਕੋਈ ਨਹੀਂ। ਸੋ ਜਿਹੜੀ ਐੱਚ ਆਈ ਵੀ ਬਿਮਾਰੀ ਹੈ ਇਹਦਾ ਜਿਹੜਾ ਨਿਰੀਖਣ ਇਹ ਬਲੱਡ ਟੈਸਟ ਕਰਕੇ ਕੀਤਾ ਜਾ ਸਕਦਾ। ਆਪਸ਼ਨ ਨੰਬਰ 1 ਤੁਹਾਡਾ ਰਾਈਟ ਆਂਸਰ ਹੋਵੇਗਾ। 69 ਨੰਬਰ, ਏਡਜ਼ ਦਾ ਸਭ ਤੋਂ ਪਹਿਲਾ ਪਤਾ ਕਿਹੜੇ ਦੇਸ਼ ਵਿੱਚ ਲੱਗਿਆ? ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਜਾਪਾਨ, ਨੰਬਰ 2 ਬ੍ਰਿਟੇਨ, ਨੰਬਰ 3 ਡੈਨਮਾਰਕ, ਨੰਬਰ 4 ਅਮੈਰੀਕਾ। ਸੋ ਏਡਜ਼ ਦਾ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ ਜੀ ਅਮੈਰੀਕਾ ਦੇ ਵਿੱਚ। ਅਤੇ ਜੇ ਤੁਹਾਨੂੰ ਕੁਐਸਚਨ ਆਉਂਦਾ ਵਾ ਬਈ ਏਡਜ਼ ਦਾ ਸਭ ਤੋਂ ਪਹਿਲਾਂ ਪੇਸ਼ੈਂਟ, ਪਹਿਲਾ ਮਰੀਜ਼ ਇੰਡੀਆ ਦੇ ਵਿੱਚ ਕਿੱਥੋਂ ਮਿਲਿਆ ਸੀ? ਤਾਂ ਉਹ ਸੀਗਾ ਚੇਨਈ, ਠੀਕ ਹੈ ਜੀ, ਚੇਨਈ ਵਿੱਚ ਪਹਿਲਾ ਪੇਸ਼ੈਂਟ ਪਾਇਆ ਗਿਆ ਸੀ। 70 ਨੰਬਰ ਕੁਐਸਚਨ, ਟੀ ਵੀ ਦਾ ਮੁੱਖ ਕਾਰਨ ਹੁੰਦਾ ਹੈ? ਨੰਬਰ 1 ਘੱਟ ਖੁਰਾਕ ਖਾਣਾ, ਨੰਬਰ 2 ਕੁਪੋਸ਼ਣ ਅਤੇ ਗੰਦਾ ਵਾਤਾਵਰਣ, ਨੰਬਰ 3 ਜ਼ੁਕਾਮ ਅਤੇ ਖਾਂਸੀ ਹੋਣਾ, ਨੰਬਰ 4 ਐੱਚ ਆਈ ਵੀ ਹੋਣਾ। ਸੋ ਟੀ ਵੀ ਦਾ ਮੁੱਖ ਕਾਰਨ ਕੀ ਹੈ ਜੀ? ਇਹਦਾ ਕਾਰਨ ਆਪਸ਼ਨ ਨੰਬਰ 2 ਕੁਪੋਸ਼ਣ ਅਤੇ ਗੰਦਾ ਵਾਤਾਵਰਣ, ਠੀਕ ਹੈ ਜੀ। ਸੋ ਟੀ ਵੀ ਦੀ ਰੋਕਥਾਮ ਲਈ ਕਿਹੜਾ ਟੀਕਾ ਲਗਾਇਆ ਜਾਂਦਾ ਵਾ ਬੱਚਿਆਂ ਦੇ? ਤਾਂ ਇਹ ਹੈ ਜੀ ਬੀ ਸੀ ਜੀ ਦਾ ਟੀਕਾ। ਇਹ ਵੀ ਤੁਸੀਂ ਪੁਆਇੰਟਾਂ ਨੂੰ ਯਾਦ ਰੱਖਿਓ। 71 ਨੰਬਰ ਕੁਐਸਚਨ, ਮਾਈਕਰੋ ਬੈਕਟੀਰੀਆ ਕਿਸ ਨੂੰ ਪ੍ਰਭਾਵਿਤ ਕਰਦੇ ਆ? ਨੰਬਰ 1 ਫੇਫੜੇ, ਨੰਬਰ 2 ਦਿਲ, ਨੰਬਰ 3 ਗੁਰਦੇ, ਨੰਬਰ 4 ਦਿਮਾਗ। ਸੋ ਜਿਹੜੇ ਮਾਈਕਰੋ ਬੈਕਟੀਰੀਆ ਹੁੰਦੇ ਆ ਇਹ ਆਪਸ਼ਨ ਨੰਬਰ 1 ਆ ਜਿਹੜਾ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਨੇ, ਠੀਕ ਹੈ ਜੀ। ਸੋ 72 ਨੰਬਰ ਕੁਐਸਚਨ, ਟੀ ਵੀ ਦੇ ਲੱਛਣ ਹਨ? ਨੰਬਰ 1 ਖੰਘ, ਨੰਬਰ 2 ਥਕਾਵਟ, ਨੰਬਰ 3 ਬੁਖਾਰ, ਨੰਬਰ 4 ਉਪਰੋਕਤ ਸਾਰੇ। ਸੋ ਇਹ ਸਾਰੇ ਹੀ ਟੀ ਵੀ ਦੇ ਲੱਛਣ ਨੇ, ਠੀਕ ਹੈ ਜੀ, ਉਪਰੋਕਤ ਸਾਰੇ, ਖੰਘ, ਥਕਾਵਟ ਅਤੇ ਬੁਖਾਰ। ਵੈਸੇ ਇਹਦਾ ਮੇਨ ਲੱਛਣ ਹੈਗਾ ਵਾ 2 ਹਫ਼ਤਿਆਂ ਤੋਂ ਜ਼ਿਆਦਾ ਖਾਂਸੀ। ਆਪਸ਼ਨਾਂ ਦੇ ਵਿੱਚ ਇਹ ਵੀ ਹੋ ਸਕਦਾ ਵਾ, ਫਿਰ ਤੁਸੀਂ ਉਹਦੇ 'ਤੇ ਟਿੱਕ ਕਰਨਾ ਵੀ ਟੀ ਵੀ ਦਾ ਮੁੱਖ ਲੱਛਣ ਕਿਹੜਾ, ਤਾਂ ਉਹ 2 ਹਫ਼ਤੇ ਤੋਂ ਵੱਧ ਜੇਕਰ ਖੰਘ ਰਹਿੰਦੀ ਆ ਤਾਂ ਉਹ ਟੀ ਵੀ ਦਾ ਮੁੱਖ ਲੱਛਣ ਮੰਨਿਆ ਜਾਂਦਾ ਆ। ਨੈਕਸਟ 73 ਨੰਬਰ ਕੁਐਸਚਨ, ਪੋਲੀਓ ਦਾ ਪੂਰਾ ਨਾਮ ਕੀ ਹੈ? ਨੰਬਰ 1 ਪੋਲੀਓ ਮਾਇਲਿਟਿਸ, ਨੰਬਰ 2 ਪੋਲੀਓ ਮੈਟੋਸਿਦ, ਨੰਬਰ 3 ਪੋਲੀਓ ਮਾਇਲੈਟਸ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸਦਾ ਰਾਈਟ ਆਂਸਰ ਆ ਜੀ, ਪੋਲੀਓ ਦਾ ਪੂਰਾ ਨਾਮ ਹੈਗਾ ਪੋਲੀਓ ਮਾਇਲਿਟਿਸ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੋਵੇਗਾ। 74 ਨੰਬਰ ਕੁਐਸਚਨ, ਹਾਂਜੀ, ਪਹਿਲੀ ਵਾਰ ਪੋਲੀਓ ਕਦੋਂ ਮਿਲਿਆ? ਨੰਬਰ 1 1840, ਨੰਬਰ 2 1849, ਨੰਬਰ 3 1850, ਜਾਂ ਨੰਬਰ 4 ਉਪਰੋਕਤ ਸਾਰੇ। ਸੋ ਪਹਿਲੀ ਵਾਰ ਪੋਲੀਓ ਮਿਲਿਆ ਸੀ ਜੀ ਆਪਸ਼ਨ ਨੰਬਰ 1 1840 ਦੇ ਵਿੱਚ। ਪੋਲੀਓ ਦਾ ਪੇਸ਼ੈਂਟ ਕਹਿ ਸਕਦੇ ਹਾਂ ਜਾਂ ਪੋਲੀਓ ਵਾਇਰਸ ਕਹਿ ਸਕਦੇ ਹਾਂ, ਠੀਕ ਹੈ ਜੀ। 75 ਨੰਬਰ ਕੁਐਸਚਨ, ਪਹਿਲੀ ਵਾਰ ਪੋਲੀਓ ਦੇ ਕਾਰਨ ਦਾ ਪਤਾ ਕਿਸਨੇ ਲਗਾਇਆ? ਨੰਬਰ 1 ਕਾਰਲ ਲੈਂਡਸ, ਨੰਬਰ 2 ਜੈਕਬ ਹੋਨੇ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਪਹਿਲੀ ਵਾਰ ਜਿਹੜਾ ਪੋਲੀਓ ਦਾ ਪਤਾ ਲਗਾਇਆ ਸੀ ਉਹ ਸੀਗਾ ਜੀ ਨੰਬਰ 1 ਅਤੇ ਕਾਰਲ ਲੈਂਡਸ। ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ ਕੁਐਸਚਨ, ਹਾਂਜੀ, 76 ਨੰਬਰ ਕੁਐਸਚਨ, ਬਿਮਾਰੀ ਦੇ ਇਲਾਜ ਲਈ ਵਰਤੇ ਜਾਣ ਵਾਲੇ ਰਸਾਇਣਾਂ ਨੂੰ ਕੀ ਕਿਹਾ ਜਾਂਦਾ ਹੈ? ਨੰਬਰ 1 ਕੀਮੀਓਥੈਰੇਪੀ, ਨੰਬਰ 2 ਫਿਜ਼ੀਓਥੈਰੇਪੀ, ਨੰਬਰ 3 ਹੋਮੋਥੈਰੇਪੀ, ਨੰਬਰ 4 ਐਂਜੀਓਥੈਰੇਪੀ। ਸੋ ਬਿਮਾਰੀ ਦੇ ਇਲਾਜ ਲਈ ਜਿਹੜੇ ਰਸਾਇਣ ਵਰਤੇ ਜਾਂਦੇ ਆ ਉਹਨਾਂ ਨੂੰ ਕੀਮੋਥੈਰੇਪੀ ਕਿਹਾ ਜਾਂਦਾ ਵਾ, ਠੀਕ ਹੈ ਜੀ। ਮੋਸਟਲੀ ਕੀਮੋਥੈਰੇਪੀ ਕਿਹੜੀ ਬਿਮਾਰੀ ਲਈ ਯੂਜ਼ ਹੁੰਦੀ ਆ? ਤਾਂ ਆਊਗਾ ਤੁਹਾਡਾ ਆਂਸਰ ਕੈਂਸਰ ਦੀ ਬਿਮਾਰੀ ਲਈ ਮੋਸਟਲੀ ਕੀਮੋਥੈਰੇਪੀਆਂ ਕੀਤੀਆਂ ਜਾਂਦੀਆਂ ਨੇ। 77 ਨੰਬਰ ਕੁਐਸਚਨ, ਡਿਟੋਲ ਕਿਸ ਦਾ ਮਿਸ਼ਰਣ ਹੈ? ਨੰਬਰ 1 ਕਲੋਰੋਜ਼ਾਈਲਨੋਲ ਅਤੇ ਤਾਰਪੀਨੋਲ, ਨੰਬਰ 2 ਕਲੋਰੋਜ਼ਾਈਲਨੋਲ ਅਤੇ ਬੀਥੀਓਨੋਲ, ਨੰਬਰ 3 ਤਾਰਪੀਨੋਲ ਅਤੇ ਬੀਥੀਓਨੋਲ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਸੋ ਜਿਹੜਾ ਡਿਟੋਲ ਆ ਇਹ ਕਲੋਰੋਜ਼ਾਈਲਨੋਲ ਅਤੇ ਤਾਰਪੀਨੋਲ ਦਾ ਮਿਸ਼ਰਣ ਆ, ਠੀਕ ਹੈ ਜੀ। ਇੱਕ ਨੰਬਰ
ਆਪਸ਼ਨ ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ, ਮਾਦਾ ਲਿੰਗ ਹਾਰਮੋਨ ਹੈ। ਨੰਬਰ 1 ਕਿਹੜਾ ਹਾਰਮੋਨ ਹੈ? ਐਸਟ੍ਰੋਨ। ਨੰਬਰ 2 ਐਸਟ੍ਰੋਲ। ਨੰਬਰ 3 ਟੈਸਟੋਸਟੀਰੋਨ। ਨੰਬਰ 4 1 ਅਤੇ 2 ਦੋਵੇਂ। ਸੋ ਜਿਹੜਾ ਮਾਦਾ ਲਿੰਗ ਆ ਉਹ ਐਸਟ੍ਰੋਨ ਅਤੇ ਐਸਟ੍ਰੋਲ ਦੋਵੇਂ ਆ ਜੀ। ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਆ, 1 ਅਤੇ 2 ਦੋਵੇਂ। ਨੈਕਸਟ 79 ਨੰਬਰ ਕੁਐਸਚਨ, ਕਿਹੜਾ ਸੈਕਸ ਹਾਰਮੋਨ ਨਹੀਂ ਹੈ? ਇਹਨਾਂ ਵਿੱਚੋਂ ਕਿਹੜਾ ਸੈਕਸ ਹਾਰਮੋਨ ਨਹੀਂ ਆ? ਨੰਬਰ 1 ਟੈਸਟੋਸਟੀਰੋਨ, ਨੰਬਰ 2 ਐਸਟ੍ਰੋਨ, ਨੰਬਰ 3 ਐਸਟ੍ਰਾਡਿਅਲ, ਨੰਬਰ 3 ਕੋਰਟੀਸੋਨ। ਸੋ ਇਹਨਾਂ ਵਿੱਚੋਂ ਜਿਹੜਾ 4 ਨੰਬਰ ਆ ਕੋਰਟੀਸੋਨ, ਇਹ ਸੈਕਸ ਹਾਰਮੋਨ ਨਹੀਂ ਹੈਗਾ, ਠੀਕ ਹੈ ਜੀ। ਸੋ 80 ਨੰਬਰ ਕੁਐਸਚਨ, ਕਿਹੜੀਆਂ ਕਿਰਨਾਂ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ? ਨੰਬਰ 1 ਗਾਮਾ ਕਿਰਨਾਂ, ਨੰਬਰ 2 ਅਲਟਰਾਵਾਇਲਟ ਕਿਰਨਾਂ, ਨੰਬਰ 3 ਐਕਸ ਕਿਰਨਾਂ, ਨੰਬਰ 4 ਇਨਫਰਾਰੈੱਡ ਕਿਰਨਾਂ। ਸੋ ਇਹਨਾਂ ਵਿੱਚੋਂ ਕੈਂਸਰ ਦੇ ਇਲਾਜ ਲਈ ਕਿਹੜੀਆਂ ਕਿਰਨਾਂ ਵਰਤੀਆਂ ਜਾਂਦੀਆਂ? ਤਾਂ ਸਹੀ ਜਵਾਬ ਹੋਊਗਾ ਆਪਸ਼ਨ ਨੰਬਰ 2, ਜਿਹੜੀਆਂ ਅਲਟਰਾਵਾਇਲਟ ਕਿਰਨਾਂ ਨੇ ਇਹ ਵਰਤੀਆਂ ਜਾਂਦੀਆਂ ਹਨ। 81 ਹਾਂਜੀ, ਫਿਲੇਰੀਆਸਿਸ ਦਾ ਕਾਰਨ ਹੁੰਦਾ ਹੈ? ਫਿਲੇਰੀਆਸਿਸ ਦਾ ਕੀ ਕਾਰਨ ਹੁੰਦਾ? ਨੰਬਰ 1 ਬੈਕਟੀਰੀਆ, ਨੰਬਰ 2 ਮੱਛਰ, ਨੰਬਰ 3 ਪ੍ਰੋਟੋਜ਼ੋਆ, ਨੰਬਰ 4 ਵਿਸ਼ਾਣੂ। ਸੋ ਇਸ ਦਾ ਸਹੀ ਜਵਾਬ ਹੋਊਗਾ ਜੀ ਆਪਸ਼ਨ ਨੰਬਰ 2, ਮੱਛਰ ਇਸ ਦਾ ਕਾਰਨ ਬਣਦਾ ਹੈ। ਨੈਕਸਟ 82 ਨੰਬਰ ਕੁਐਸਚਨ, ਹਾਂਜੀ ਕਿਹੜਾ ਵਿਟਾਮਿਨ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ? ਨੰਬਰ 1 ਵਿਟਾਮਿਨ ਏ, ਨੰਬਰ 2 ਵਿਟਾਮਿਨ ਬੀ, ਨੰਬਰ 3 ਵਿਟਾਮਿਨ ਸੀ, ਨੰਬਰ 4 ਵਿਟਾਮਿਨ ਈ। ਸੋ ਇਹਨਾਂ ਵਿੱਚੋਂ ਜਿਹੜਾ ਆਪਸ਼ਨ ਨੰਬਰ 3 ਆ ਵਿਟਾਮਿਨ ਸੀ ਆ, ਜਿਹੜਾ ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਨੈਕਸਟ 83 ਨੰਬਰ ਕੁਐਸਚਨ, ਹਾਂਜੀ ਕਾਰਬੋਹਾਈਡਰੇਟਸ ਵਿੱਚ ਹੁੰਦਾ ਹੈ? ਨੰਬਰ 1 ਸਿਰਫ ਆਕਸੀਜਨ, ਨੰਬਰ 2 ਸਿਰਫ ਹਾਈਡਰੋਜਨ, ਨੰਬਰ 3 ਹਾਈਡਰੋਜਨ ਅਤੇ ਆਕਸੀਜਨ ਦੀ ਬਰਾਬਰ ਮਾਤਰਾ, ਨੰਬਰ 4 ਪਾਣੀ ਦੇ ਅਨੁਸਾਰ ਹਾਈਡਰੋਜਨ ਅਤੇ ਆਕਸੀਜਨ ਦਾ ਬਰਾਬਰ ਅਨੁਪਾਤ। ਸੋ ਇਸ ਦਾ ਰਾਈਟ ਆਂਸਰ ਆ ਜੀ, ਕਾਰਬੋਹਾਈਡਰੇਟਸ ਵਿੱਚ ਪਾਣੀ ਦੇ ਅਨੁਸਾਰ ਹਾਈਡਰੋਜਨ ਅਤੇ ਆਕਸੀਜਨ ਦਾ ਬਰਾਬਰ ਅਨੁਪਾਤ ਹੁੰਦਾ। ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 84 ਨੰਬਰ ਕੁਐਸਚਨ, ਹਾਂਜੀ ਇਹਨਾਂ ਵਿੱਚੋਂ ਕਿਹੜਾ ਮਨੁੱਖ ਦੇ ਦਿਲ ਵਿੱਚ ਖੂਨ ਪਹੁੰਚਾਉਣ ਦਾ ਕੰਮ ਕਰਦਾ ਹੈ? ਨੰਬਰ 1 ਧਮਣੀ, ਨੰਬਰ 2 ਮਾਸਪੇਸ਼ੀ ਰੇਸ਼ੇ, ਨੰਬਰ 3 ਨਸ, ਨੰਬਰ 4 ਸ਼ਿਰਾ। ਸੋ ਇਹਨਾਂ ਵਿੱਚੋਂ ਕਿਹੜਾ ਵਾ ਜਿਹੜਾ ਮਨੁੱਖ ਦੇ ਦਿਲ ਵਿੱਚ ਖੂਨ ਪਹੁੰਚਾਉਣ ਦਾ ਕੰਮ ਕਰਦਾ? ਤਾਂ ਸਹੀ ਆਂਸਰ ਹੋਵੇਗਾ ਤੁਹਾਡਾ ਆਪਸ਼ਨ ਨੰਬਰ 4 ਸ਼ਿਰਾ, ਠੀਕ ਹੈ ਜੀ। ਸੋ ਸਾਰੇ ਕੁਐਸਚਨ ਇੰਪੋਰਟੈਂਟ ਆ, ਤੁਸੀਂ ਜ਼ਰੂਰ ਇਹ ਸਾਰੇ ਧਿਆਨ ਨਾਲ ਕਰਨੇ ਹੋਣਗੇ। 85 ਨੰਬਰ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਮਿਸ਼ਰਣ ਹੈ? ਨੰਬਰ 1 ਖੰਡ, ਨੰਬਰ 2 ਚਾਂਦੀ, ਨੰਬਰ 3 ਅਲਕੋਹਲ, ਨੰਬਰ 4 ਹਵਾ। ਸੋ ਇਹਨਾਂ ਵਿੱਚੋਂ ਮਿਸ਼ਰਣ ਕਿਹੜਾ ਜੀ? ਆਪਸ਼ਨ ਨੰਬਰ 1 ਖੰਡ ਆ ਜਿਹੜਾ ਇਹ ਮਿਸ਼ਰਣ ਹੈ, ਠੀਕ ਹੈ ਜੀ, ਬਾਕੀ ਸਾਰੇ ਨਹੀਂ ਹੈਗੇ। 86 ਨੰਬਰ ਕੁਐਸਚਨ, ਤੰਬਾਕੂ ਵਿੱਚ ਕਿਹੜਾ ਜ਼ਹਿਰ ਮਿਲਾਇਆ ਜਾਂਦਾ? ਸੌਖਾ ਕੁਐਸਚਨ ਆ, ਕਾਫੀ ਵਾਰੀ ਰਿਪੀਟ ਵੀ ਹੁੰਦਾ ਵਾ, ਇੰਪੋਰਟੈਂਟ ਵੀ ਆ। ਨੰਬਰ 1 ਕੋਇਨਾਇਨ, ਨੰਬਰ 2 ਨਿਕੋਟਿਨ, ਨੰਬਰ 3 ਹੈਗਾ ਜੀ ਥੀਮੋਬੋਰੋਮਾਈਨ, ਨੰਬਰ 4 ਨਾਰਕੋਟੀਨ। ਸੋ ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਨਿਕੋਟਿਨ ਨਾਂ ਦਾ ਜਿਹੜਾ ਜ਼ਹਿਰ ਆ ਇਹ ਤੰਬਾਕੂ ਦੇ ਵਿੱਚ ਮਿਲਾਇਆ ਜਾਂਦਾ ਹੈ। ਹਾਂਜੀ ਵੱਧਦੇ ਹਾਂ ਨੈਕਸਟ ਕੁਐਸਚਨ ਵੱਲ। 87 ਨੰਬਰ, ਮਨੁੱਖ ਦੇ ਸਰੀਰ ਵਿੱਚ ਹੀਮੋਗਲੋਬਿਨ ਦਾ ਕੀ ਕੰਮ ਹੈ? ਨੰਬਰ 1 ਮਲ ਤਿਆਗ ਵਿੱਚ ਸਹਾਇਤਾ, ਨੰਬਰ 2 ਅਮੀਨੋ ਐਸਿਡ ਪ੍ਰਦਾਨ ਕਰਨਾ, ਨੰਬਰ 3 ਐਨਜ਼ਾਈਮ ਅਤੇ ਹਾਰਮੋਨ ਪ੍ਰਦਾਨ ਕਰਨਾ, ਨੰਬਰ 4 ਵੱਖ ਵੱਖ ਟਿਸ਼ੂਆਂ ਦੇ ਲਈ ਆਕਸੀਜਨ ਲੈ ਕੇ ਜਾਣਾ। ਸੋ ਹੀਮੋਗਲੋਬਿਨ ਦਾ ਕੀ ਕੰਮ ਹੁੰਦਾ ਜੀ? ਆਪਸ਼ਨ ਨੰਬਰ 4 ਵੱਖ ਵੱਖ ਟਿਸ਼ੂਆਂ ਦੇ ਲਈ ਆਕਸੀਜਨ ਲੈ ਕੇ ਜਾਣਾ ਇਸਦਾ ਮੁੱਖ ਕੰਮ ਹੁੰਦਾ ਹੈ। ਨੈਕਸਟ 88 ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਪ੍ਰੋਟੀਨ ਦਾ ਵਧੀਆ ਸਰੋਤ ਹੈ? ਨੰਬਰ 1 ਮੱਖਣ, ਨੰਬਰ 2 ਮੱਛੀ, ਨੰਬਰ 3 ਚੁਕੰਦਰ, ਨੰਬਰ 4 ਦੁੱਧ। ਸੋ ਇਹਨਾਂ ਵਿੱਚੋਂ ਜਿਹੜੀ ਆਪਸ਼ਨ ਨੰਬਰ 2 ਮੱਛੀ ਆ, ਇਹਦੇ ਵਿੱਚ ਪ੍ਰੋਟੀਨ ਆ ਜਿਹੜਾ ਉਹ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਇਹ ਹੋਵੇਗਾ ਤੁਹਾਡਾ ਸਹੀ ਜਵਾਬ। ਹਾਂਜੀ
89 ਨੰਬਰ ਕੁਐਸਚਨ, ਪਿਊਸ਼ ਗ੍ਰੰਥੀ ਦਾ ਵੱਧ ਵਧਣਾ ਬੱਚਿਆਂ ਵਿੱਚ ਡੈਸ਼ ਕਰਦਾ ਹੈ। ਨੰਬਰ 1 ਭਾਰ ਵਧਾਉਂਦਾ ਹੈ, ਨੰਬਰ 2 ਵਾਧਾ ਰੋਕਦਾ ਹੈ, ਨੰਬਰ 3 ਹੱਡੀਆਂ ਕਮਜ਼ੋਰ ਕਰਦਾ ਹੈ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਸੋ ਪਿਊਸ਼ ਗ੍ਰੰਥੀ ਦਾ ਵੱਧ ਵਧਣਾ ਬੱਚਿਆਂ ਵਿੱਚ ਕੀ ਕਰਦਾ ਜੀ? ਨੰਬਰ 1 ਤੁਹਾਡਾ ਸਹੀ ਜਵਾਬ ਆ, ਭਾਰ ਵਧਾਉਂਦਾ ਵਾ, ਠੀਕ ਹੈ, ਯਾਨੀ ਕਿ ਵੇਟ ਗੇਨ ਕਰਦਾ ਹੈ। ਹਾਂਜੀ, 90 ਨੰਬਰ ਕੁਐਸਚਨ, ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਜਦੋਂ ਡੈਸ਼ ਰੁਕ ਜਾਂਦਾ ਹੈ। ਨੰਬਰ 1 ਸਿਰਫ ਦਿਮਾਗ ਦਾ ਕੰਮ ਕਰਨਾ, ਨੰਬਰ 2 ਦਿਲ ਅਤੇ ਫੇਫੜੇ ਦਾ ਕੰਮ ਕਰਨਾ, ਨੰਬਰ 3 ਸਿਰਫ ਕਿਡਨੀ ਦਾ ਕੰਮ ਕਰਨਾ, ਜਾਂ ਨੰਬਰ 4 ਸਰੀਰਕ ਕਾਰਜਾਂ ਦਾ ਰੁਕਣਾ, ਸਾਰੇ ਸਰੀਰਕ ਕਾਰਜਾਂ ਦਾ ਰੁਕਣਾ। ਸੋ 4 ਨੰਬਰ ਆਪਸ਼ਨ ਤੁਹਾਡਾ ਸਹੀ ਜਵਾਬ ਹੋਊਗਾ, ਜਦੋਂ ਸਾਰੇ ਸਰੀਰਕ ਕਾਰਜ ਰੁਕ ਜਾਂਦੇ ਆ ਤਾਂ ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਹਾਂਜੀ, 91 ਨੰਬਰ ਕੁਐਸਚਨ, ਸਿਹਤ ਸਿੱਖਿਆ ਡੈਸ਼ ਕਰ ਸਕਦੀ ਹੈ। ਨੰਬਰ 1 ਸਮੁਦਾਇਕ ਸਵੱਛਤਾ ਵਿੱਚ ਸੁਧਾਰ, ਨੰਬਰ 2 ਬਿਮਾਰੀਆਂ ਦੀ ਰੋਕਥਾਮ, ਨੰਬਰ 3 ਸਕਾਰਾਤਮਕ ਵਿਵਹਾਰ ਵਿੱਚ ਵਾਧਾ, ਨੰਬਰ 4 ਉਪਰੋਕਤ ਸਾਰੇ। ਸੋ ਜੇਕਰ ਹੈਲਥ ਐਜੂਕੇਸ਼ਨ ਦਿੱਤੀ ਜਾਵੇ ਤਾਂ ਇਹ ਤਿੰਨੋਂ ਕੰਮ ਹੋ ਸਕਦੇ ਆ, ਠੀਕ ਆ ਜੀ, ਬਿਮਾਰੀਆਂ ਦੀ ਰੋਕਥਾਮ, ਸਕਾਰਾਤਮਕ ਵਿਵਹਾਰ, ਸਮੁਦਾਇਕ ਸਵੱਛਤਾ। ਅਤੇ ਇਹਦੇ ਲਈ ਇਸ ਕਰਕੇ ਆਪਣਾ 4 ਨੰਬਰ ਆਪਸ਼ਨ ਆ ਜਿਹੜਾ ਸਹੀ ਜਵਾਬ ਹੋ ਜੂਗਾ। ਨੈਕਸਟ 92 ਨੰਬਰ ਕੁਐਸਚਨ, ਹਾਂਜੀ, ਸਰੀਰ ਰਚਨਾ ਵਿਗਿਆਨ ਕਹਾਉਂਦਾ ਹੈ। ਨੰਬਰ 1 ਸਰੀਰ ਰਚਨਾ, ਨੰਬਰ 2 ਕਿਰਿਆ ਵਿਗਿਆਨ, ਨੰਬਰ 3 ਸਰੀਰਕ, ਨੰਬਰ 4 ਉਪਰੋਕਤ ਸਾਰੇ। ਸੋ ਸਰੀਰ ਰਚਨਾ ਵਿਗਿਆਨ ਕੀ ਕਹਾਉਂਦਾ ਜੀ? ਇਹ ਕਹਾਉਂਦਾ ਨੰਬਰ 1 ਸਰੀਰ ਰਚਨਾ। ਕਈ ਵਾਰੀ ਕਨਫਿਊਜ਼ਨ ਕ੍ਰੀਏਟ ਕਰਨ ਲਈ ਇੱਦਾਂ ਦੇ ਵੀ ਕੁਐਸਚਨ ਆ ਜਾਂਦੇ ਆ। ਹਾਂਜੀ, 93 ਨੰਬਰ ਕੁਐਸਚਨ, ਫਿਜ਼ੀਓਲੋਜੀ ਦੇ ਅੰਤਰਗਤ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ? ਨੰਬਰ 1 ਸਰੀਰ ਰਚਨਾ ਵਿਗਿਆਨ, ਨੰਬਰ 2 ਸਰੀਰ ਕਿਰਿਆ ਵਿਗਿਆਨ, ਨੰਬਰ 3 ਮਨੁੱਖੀ ਵਿਵਹਾਰ ਵਿਗਿਆਨ, ਨੰਬਰ 4 ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ। ਸੋ ਫਿਜ਼ੀਓਲੋਜੀ ਦੇ ਅੰਤਰਗਤ ਆਪਸ਼ਨ ਨੰਬਰ 2 ਸਰੀਰ ਕਿਰਿਆ ਵਿਗਿਆਨ ਦਾ ਅਧਿਐਨ ਕੀਤਾ ਜਾਂਦਾ ਹੈ। ਨੈਕਸਟ 94 ਨੰਬਰ ਕੁਐਸਚਨ, ਹਾਂਜੀ, ਗਰਮ ਕਰਨ 'ਤੇ ਤਰਲ ਦਾ ਗੈਸ ਦੇ ਰੂਪ ਵਿੱਚ ਬਦਲਣਾ ਅਖਵਾਉਂਦਾ ਹੈ। ਨੰਬਰ 1 ਵਾਸ਼ਪੀਕਰਨ, ਨੰਬਰ 2 ਠੋਸਕਰਨ, ਨੰਬਰ 3 ਵਿਸ਼ਲੇਸ਼ਣ, ਨੰਬਰ 4 ਕੋਈ ਨਹੀਂ। ਸੋ ਗਰਮ ਕਰਨ 'ਤੇ ਜਦੋਂ ਤਰਲ ਗੈਸ ਦੇ ਰੂਪ ਵਿੱਚ ਬਦਲਦੀ ਹੈ ਤਾਂ ਉਸਨੂੰ ਨੰਬਰ 1 ਵਾਸ਼ਪੀਕਰਨ ਕਿਹਾ ਜਾਂਦਾ ਹੈ। ਨੈਕਸਟ 95 ਨੰਬਰ ਕੁਐਸਚਨ, ਹਾਂਜੀ, ਕੋਸ਼ਿਕਾ ਦਾ ਪਾਵਰ ਸਟੇਸ਼ਨ ਕਿਹੜਾ ਹੈ? ਨੰਬਰ 1 ਮਾਈਟੋਕੋਂਡਰੀਆ, ਨੰਬਰ 2 ਲਾਈਸੋਸੋਮ, ਨੰਬਰ 3 ਉਪਰੋਕਤ ਦੋਵੇਂ, ਨੰਬਰ 4 ਕੋਈ ਨਹੀਂ। ਸੋ ਜਿਹੜਾ ਮਾਈਟੋਕੋਂਡਰੀਆ ਵਾ ਇਹਨੂੰ ਕੋਸ਼ਿਕਾ ਦਾ ਪਾਵਰ ਸਟੇਸ਼ਨ ਕਿਹਾ ਜਾਂਦਾ। ਸੋ ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ। ਹਾਂਜੀ, 96 ਨੰਬਰ ਕੁਐਸਚਨ, ਕੋਸ਼ਿਕਾਵਾਂ ਦੁਆਰਾ ਲਏ ਗਏ ਭੋਜਨ ਨੂੰ ਊਰਜਾ ਵਿੱਚ ਕੌਣ ਬਦਲਦਾ ਹੈ? ਨੰਬਰ 1 ਲਾਈਸੋਸੋਮ, ਨੰਬਰ 2 ਗਲਾਈਕੋਸੋਮ, ਨੰਬਰ 3 ਮਾਈਟੋਕੋਂਡਰੀਆ, ਨੰਬਰ 4 ਕੋਈ ਨਹੀਂ। ਸੋ ਇਸ ਦਾ ਰਾਈਟ ਆਂਸਰ ਹੋਵੇਗਾ ਆਪਸ਼ਨ ਨੰਬਰ 3 ਮਾਈਟੋਕੋਂਡਰੀਆ। ਇਹ ਕੋਸ਼ਿਕਾਵਾਂ ਦੁਆਰਾ ਲਏ ਗਏ ਭੋਜਨ ਨੂੰ ਊਰਜਾ ਵਿੱਚ ਬਦਲਦਾ ਹੈ। ਨੈਕਸਟ 97 ਨੰਬਰ ਕੁਐਸਚਨ, ਹਾਂਜੀ, CYTO ਗ੍ਰੀਕ ਸ਼ਬਦ ਦਾ ਕੀ ਅਰਥ ਹੈ? ਸਾਈਟੋ ਯਾਨੀ ਕਿ ਇਹਦਾ ਕੀ ਅਰਥ ਆ? ਨੰਬਰ 1 ਕੇਂਦਰੀ ਧੁਰਾ, ਨੰਬਰ 2 ਕੇਂਦਰਕ, ਨੰਬਰ 3 ਕੋਸ਼ਿਕਾ, ਨੰਬਰ 4 ਜੀਵ ਪਦਾਰਥ। ਸੋ ਇਸ ਦਾ ਅਰਥ ਆ ਜੀ ਆਪਸ਼ਨ ਨੰਬਰ 2 ਕੇਂਦਰਕ, ਠੀਕ ਹੈ ਜੀ। ਨੈਕਸਟ 98 ਨੰਬਰ ਕੁਐਸਚਨ, ਹਾਂਜੀ, ਮਨੁੱਖੀ ਸਰੀਰ ਕਿੰਨੇ ਤਾਪਕ੍ਰਮ ਦੀ ਸੀਮਾ ਤੱਕ ਤੰਦਰੁਸਤ ਰਹਿ ਸਕਦਾ ਹੈ? ਸੋ ਕਿੰਨਾ ਵੱਧ ਤੋਂ ਵੱਧ ਟੈਂਪਰੇਚਰ ਆ ਜਿੱਥੇ ਤੱਕ ਮਨੁੱਖੀ ਸਰੀਰ ਨੂੰ ਆਪਾਂ ਤੰਦਰੁਸਤ ਕਾਊਂਟ ਕਰਦੇ ਹਾਂ? ਨੰਬਰ 1 36 ਡਿਗਰੀ ਤੋਂ 37.5 ਡਿਗਰੀ ਸੈਲਸੀਅਸ, ਨੰਬਰ 2 37 ਡਿਗਰੀ ਤੋਂ 38 ਡਿਗਰੀ ਸੈਲਸੀਅਸ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਇਸ ਦੇ ਵਿੱਚੋਂ ਰਾਈਟ ਆਂਸਰ ਆ ਜੀ 36 ਡਿਗਰੀ ਸੈਲਸੀਅਸ ਤੋਂ ਲੈ ਕੇ 37.5 ਡਿਗਰੀ ਸੈਲਸੀਅਸ ਤੱਕ ਆ ਜਿਹੜਾ ਆਪਾਂ ਇਹ ਮਨੁੱਖੀ ਸਰੀਰ ਨੂੰ ਤੰਦਰੁਸਤ ਮੰਨਿਆ ਜਾਂਦਾ ਹੈ। 99 ਨੰਬਰ ਕੁਐਸਚਨ, ਹਾਂਜੀ, ਮਨੁੱਖ ਦੀ ਆਮ ਕੋਸ਼ਿਕਾ ਵਿੱਚ ਕਿੰਨੇ ਕ੍ਰੋਮੋਸੋਮਸ ਹੁੰਦੇ ਹਨ?
ਨੰਬਰ 1 50, ਨੰਬਰ 2 55, ਨੰਬਰ 3 44, ਨੰਬਰ 4 46। ਸੋ ਮਨੁੱਖ ਦੀ ਆਮ ਕੋਸ਼ਿਕਾ ਵਿੱਚ 46 ਕ੍ਰੋਮੋਸੋਮ ਹੁੰਦੇ ਆ, ਠੀਕ ਆ ਜੀ। ਸੋ ਨੈਕਸਟ 100 ਨੰਬਰ ਕੁਐਸਚਨ, ਹੇਠ ਲਿਖਿਆਂ ਵਿੱਚੋਂ ਸਰੀਰ ਵਿੱਚ ਕਿਹੜਾ ਉਤਕ ਮੌਜੂਦ ਹੁੰਦਾ ਹੈ? ਨੰਬਰ 1 ਸੰਯੋਗੀ ਉਤਕ, ਨੰਬਰ 2 ਪੇਸ਼ੀ ਉਤਕ, ਨੰਬਰ 3 ਸੰਜਾਊ ਉਤਕ, ਜਾਂ ਨੰਬਰ 4 ਕੋਈ ਨਹੀਂ। ਸੋ ਇਹਨਾਂ ਵਿੱਚੋਂ ਸਰੀਰ ਵਿੱਚ ਕਿਹੜਾ ਉਤਕ ਮੌਜੂਦ ਹੁੰਦਾ? ਤਾਂ ਨੰਬਰ 2 ਜਿਹੜਾ ਪੇਸ਼ੀ ਉਤਕ ਆ, ਇਹ ਤੁਹਾਡਾ ਸਹੀ ਜਵਾਬ ਹੋਵੇਗਾ, ਇਹ ਸਰੀਰ ਵਿੱਚ ਮੌਜੂਦ ਹੁੰਦਾ ਹੈ। ਸੋ ਕੁਐਸਚਨ ਨੰਬਰ 101। ਸੋ ਜਿਹੜੇ ਬੱਚੇ ਨਵੇਂ ਜੁੜੇ ਨੇ ਉਹ ਆਪਣੀ ਪਲੇਲਿਸਟ MPHW ਐਗਜ਼ਾਮ ਪ੍ਰੈਪਰੇਸ਼ਨ 'ਤੇ ਜਾ ਕੇ ਪੁਰਾਣੀਆਂ ਵੀਡੀਓਜ਼ ਦੇਖ ਕੇ ਆਪਣੀ ਤਿਆਰੀ ਹੋਰ ਮਜ਼ਬੂਤ ਕਰ ਸਕਦੇ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਉਹਨਾਂ ਵੀਡੀਓਆਂ ਦੇ ਵਿੱਚ ਆਪਾਂ ਕਰਵਾਏ ਹੋਏ ਆ, ਠੀਕ ਆ ਜੀ। ਸੋ ਜਿਹੜੇ ਆਪਣੇ ਨਾਲ ਚੈਨਲ ਨਾਲ ਆਪਣੇ ਨਾਲ ਬੱਚੇ ਜੁੜੇ ਹੋਏ ਆ, ਚਾਹੇ ਸਟਾਫ ਨਰਸ ਆ, ਮਲਟੀਪਲ ਹੈਲਥ ਆ, ਵਾਰਡ ਅਟੈਂਡੈਂਟ ਜਿੰਨੇ ਵੀ ਨੇ, ਸੋ ਉਹ ਹੋਰ ਵੀ ਜਿਹੜੇ ਬੱਚੇ ਹਲੇ ਨਹੀਂ ਜੁੜੇ ਉਹਨਾਂ ਨੂੰ ਸੁਜੈਸਟ ਕਰਿਆ ਕਰੋ ਆਪਣਾ ਚੈਨਲ, ਤਾਂ ਕਿ ਵੱਧ ਤੋਂ ਵੱਧ ਬੱਚੇ ਆਪਣੇ ਚੈਨਲ ਨਾਲ ਜੁੜ ਕੇ ਜਿਹੜੀਆਂ ਆਪਾਂ ਇਨਫੋਰਮੇਸ਼ਨਸ ਪ੍ਰੋਵਾਈਡ ਕਰਵਾਉਂਦੇ ਹਾਂ ਜਾਂ ਪੇਪਰਾਂ ਦੀ ਤਿਆਰੀ ਕਰਵਾਉਂਦੇ ਹਾਂ ਉਹ ਕਰ ਸਕਣ, ਠੀਕ ਹੈ ਜੀ। 101 ਨੰਬਰ ਕੁਐਸਚਨ ਆ, ਸਰੀਰ ਦੇ ਅੰਦਰ ਉਤਕਾਂ ਦੀ ਟੁੱਟ ਭੱਜ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦਾ ਹੈ? ਨੰਬਰ 1 ਐਪੀਥੀਲੀਅਲ, ਨੰਬਰ 2 ਸਹਿਯੋਗੀ ਉਤਕ, ਨੰਬਰ 3 ਪੇਸ਼ੀ ਉਤਕ, ਨੰਬਰ 4 ਉਪਰੋਕਤ ਸਾਰੇ। ਸੋ ਸਰੀਰ ਦੇ ਅੰਦਰ ਉਤਕਾਂ ਦੀ ਟੁੱਟ ਭੱਜ ਨੂੰ ਸੁਰੱਖਿਅਤ ਕਰਦਾ ਜੀ ਐਪੀਥੀਲੀਅਲ, ਐਪੀਥੀਲੀਅਲ, ਠੀਕ ਹੈ ਜੀ। ਆਪਸ਼ਨ ਨੰਬਰ 1 ਸਹੀ ਜਵਾਬ ਆ। ਨੈਕਸਟ 102 ਨੰਬਰ ਕੁਐਸਚਨ, ਧੁੱਪ ਜਾਂ ਰੌਸ਼ਨੀ ਵਿੱਚ ਅੱਖ ਦੀ ਪੁਤਲੀ ਦੇ ਆਕਾਰ 'ਤੇ ਕੀ ਅਸਰ ਪੈਂਦਾ ਹੈ? ਨੰਬਰ 1 ਪੁਤਲੀ ਦਾ ਆਕਾਰ ਵੱਡਾ ਹੋ ਜਾਂਦਾ, ਨੰਬਰ 2 ਪੁਤਲੀ ਦਾ ਆਕਾਰ ਛੋਟਾ ਹੋ ਜਾਂਦਾ, ਨੰਬਰ 3 ਕੋਈ ਅਸਰ ਨਹੀਂ ਪੈਂਦਾ, ਨੰਬਰ 4 ਉਪਰੋਕਤ ਸਾਰੇ। ਸੋ ਧੁੱਪ ਜਾਂ ਰੌਸ਼ਨੀ ਵਿੱਚ ਪੁਤਲੀ ਦਾ ਆਕਾਰ ਆ ਜਿਹੜਾ ਉਹ ਛੋਟਾ ਹੋ ਜਾਂਦਾ, ਠੀਕ ਆ, ਸੁੰਗੜ ਜਾਂਦਾ ਵਾ। ਆਪਸ਼ਨ ਨੰਬਰ 2 ਤੁਹਾਡਾ ਰਾਈਟ ਆਂਸਰ ਹੋਵੇਗਾ। ਹਾਂਜੀ, ਕਿਸੇ ਵਸਤੂ ਨੂੰ ਦੇਖਣ ਲਈ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਆ? ਨੰਬਰ 1 25 ਸੈਂਟੀਮੀਟਰ, ਨੰਬਰ 2 30 ਸੈਂਟੀਮੀਟਰ, ਨੰਬਰ 3 15 ਸੈਂਟੀਮੀਟਰ, ਨੰਬਰ 4 40 ਸੈਂਟੀਮੀਟਰ। ਸੋ ਘੱਟੋ ਘੱਟ ਆਪਸ਼ਨ ਨੰਬਰ 1 ਆ ਤੁਹਾਡਾ 25 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਆ, ਮੀਨਸ ਇਹ ਅੱਖ ਦੀ ਪੁੱਛਿਆ ਗਿਆ ਵਾ ਵੀ ਅੱਖ ਤੋਂ ਕਿੰਨੀ ਘੱਟੋ ਘੱਟ ਦੂਰੀ ਹੋਣੀ ਚਾਹੀਦੀ ਆ ਕਿਸੇ ਚੀਜ਼ ਨੂੰ ਦੇਖਣ ਲਈ, 25 ਸੈਂਟੀਮੀਟਰ, ਠੀਕ ਹੈ ਜੀ। ਨੈਕਸਟ ਕੁਐਸਚਨ 104 ਨੰਬਰ, ਹਨੇਰੇ ਜਾਂ ਘੱਟ ਰੌਸ਼ਨੀ ਵਾਲੀ ਥਾਂ 'ਤੇ ਅੱਖ ਦੀ ਪੁਤਲੀ ਦੇ ਆਕਾਰ 'ਤੇ ਕੀ ਅਸਰ ਪੈਂਦਾ? ਤਾਂ ਆਪਸ਼ਨ ਨੇ ਆਕਾਰ ਵੱਡਾ ਹੋ ਜਾਂਦਾ, ਆਕਾਰ ਛੋਟਾ ਹੋ ਜਾਂਦਾ, ਕੋਈ ਵੀ ਅਸਰ ਨਹੀਂ ਪੈਂਦਾ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਰਾਈਟ ਆਂਸਰ ਆ ਜੀ ਆਪਸ਼ਨ ਨੰਬਰ 1, ਆਕਾਰ ਵੱਡਾ ਹੋ ਜਾਂਦਾ। ਇੱਥੇ ਤੁਸੀਂ ਯਾਦ ਰੱਖਣਾ, ਹਨੇਰੇ ਜਾਂ ਘੱਟ ਰੌਸ਼ਨੀ ਵਿੱਚ ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋ ਜਾਂਦਾ, ਫੈਲ ਜਾਂਦਾ, ਅਤੇ ਜਿੱਥੇ ਚਾਨਣ ਜਾਂ ਵੱਧ ਰੌਸ਼ਨੀ ਹੋਵੇ ਉੱਥੇ ਜਿਹੜਾ ਪੁਤਲੀ ਦਾ ਆਕਾਰ ਆ ਉਹ ਸੁੰਗੜ ਜਾਂਦਾ, ਯਾਨੀ ਕਿ ਘੱਟ ਜਾਂਦਾ, ਠੀਕ ਹੈ ਜੀ। ਨੈਕਸਟ 105 ਨੰਬਰ ਕੁਐਸਚਨ, ਅੱਖਾਂ ਦਾਨ ਕਰਨ ਸਮੇਂ ਅੱਖ ਦਾ ਕਿਹੜਾ ਭਾਗ ਦਾਨ ਦਿੱਤਾ ਜਾਂਦਾ ਹੈ? ਨੰਬਰ 1 ਰੈਟੀਨਾ, ਨੰਬਰ 2 ਸਲਫੇਰਾ, ਨੰਬਰ 3 ਕਾਰਨੀਆ, ਨੰਬਰ 4 ਅੱਖ ਦੀ ਪੁਤਲੀ। ਸੋ ਇਹਨਾਂ ਵਿੱਚੋਂ ਜਿਹੜਾ ਆਪਸ਼ਨ ਨੰਬਰ 3 ਆ, ਕਾਰਨੀਆ ਭਾਗ ਆ, ਇਹ ਦਾਨ ਦਿੱਤਾ ਜਾਂਦਾ ਹੈ। ਨੈਕਸਟ 106 ਨੰਬਰ ਕੁਐਸਚਨ, ਹਾਂਜੀ, ਮਨੁੱਖ ਦੀਆਂ ਅੱਖਾਂ ਵਿੱਚ ਕਿਹੜਾ ਲੈਂਜ਼ ਪਾਇਆ ਜਾਂਦਾ ਹੈ? ਨੰਬਰ 1 ਉੱਤਰ ਲੈਂਜ਼, ਨੰਬਰ 2 ਅਵਤਰ ਲੈਂਜ਼, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਮਨੁੱਖ ਦੀ ਅੱਖ ਦੇ ਵਿੱਚ ਆਪਸ਼ਨ ਨੰਬਰ 1 ਉੱਤਰ ਲੈਂਜ਼ ਆ ਜਿਹੜਾ ਪਾਇਆ ਜਾਂਦਾ, ਠੀਕ ਹੈ। ਹਾਂਜੀ 107 ਨੰਬਰ ਕੁਐਸਚਨ, ਮਨੁੱਖ ਦੇ ਅੱਖ ਕਿੰਨੀਆਂ ਪਰਤਾਂ ਤੋਂ ਮਿਲ ਕੇ ਬਣਦੀ ਹੈ? ਮਨੁੱਖ ਦੀ ਅੱਖ ਕਿੰਨੀਆਂ ਪਰਤਾਂ ਤੋਂ ਮਿਲ ਕੇ ਬਣਦੀ ਆ? ਨੰਬਰ 1 3, ਨੰਬਰ 2 4, ਨੰਬਰ 3 5, ਨੰਬਰ 4 6। ਸੋ ਮਨੁੱਖੀ ਅੱਖ ਆ ਜਿਹੜੀ ਇਹ 3 ਪਰਤਾਂ ਤੋਂ ਮਿਲ ਕੇ ਬਣਦੀ ਆ, ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ। ਨੈਕਸਟ 108 ਨੰਬਰ ਕੁਐਸਚਨ, ਹਾਂਜੀ, ਇਹਨਾਂ ਵਿੱਚੋਂ ਕਿਹੜੀਆਂ ਪਰਤਾਂ ਤੋਂ ਮਨੁੱਖ ਦੀ ਅੱਖ ਬਣਦੀ ਹੈ? ਨੰਬਰ 1 ਸਕਲੇਰਾ, ਨੰਬਰ 2 ਕਾਰੀਓਡ, ਨੰਬਰ 3 ਰੈਟੀਨਾ, ਨੰਬਰ 4 ਉਪਰੋਕਤ ਸਾਰੇ। ਸੋ ਇਹ ਜਿਹੜੀਆਂ ਤਿੰਨੋਂ ਨੇ, ਇਹ ਤਿੰਨੇ ਮਨੁੱਖੀ ਅੱਖ ਦੀਆਂ ਪਰਤਾਂ ਨੇ, ਇਹਨਾਂ ਤਿੰਨਾਂ ਪਰਤਾਂ ਤੋਂ ਮਿਲ ਕੇ ਜਿਹੜੀ ਮਨੁੱਖ ਦੀ ਅੱਖ ਬਣਦੀ ਹੈ। ਸੋ ਆਪਸ਼ਨ ਨੰਬਰ 4 ਉਪਰੋਕਤ ਸਾਰੇ ਤੁਹਾਡਾ ਸਹੀ ਜਵਾਬ ਹੋਵੇਗਾ।
ਨੈਕਸਟ 109 ਨੰਬਰ ਕੁਐਸਚਨ, ਮਨੁੱਖੀ ਅੱਖ ਦੇ ਬਾਹਰੀ ਭਾਗ ਨੂੰ ਕੀ ਕਿਹਾ ਜਾਂਦਾ? ਨੰਬਰ 1 ਰੈਟੀਨਾ, ਨੰਬਰ 2 ਸਕਲੇਰਾ, ਨੰਬਰ 3 ਪੁਤਲੀ, ਨੰਬਰ 4 ਕੋਈ ਨਹੀਂ। ਸੋ ਜਿਹੜਾ ਬਾਹਰੀ ਭਾਗ ਹੁੰਦਾ ਉਹਨੂੰ ਆਪਸ਼ਨ ਨੰਬਰ 2 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਆ, ਸੈਕਲੇਰਾ ਕਿਹਾ ਜਾਂਦਾ ਹੈ। ਨੈਕਸਟ 110 ਨੰਬਰ ਕੁਐਸਚਨ, ਹਾਂਜੀ, ਮਨੁੱਖੀ ਅੱਖ ਦੀ ਕਿਹੜੀ ਪਰਤ ਹੈ ਜਿੱਥੇ ਲਹੂ ਪਾਇਆ ਜਾਂਦਾ ਹੈ? ਨੰਬਰ 1 ਸਕਲੇਰਾ, ਨੰਬਰ 2 ਕਾਰਨੀਆ, ਨੰਬਰ 3 ਕਾਰੀਓਡ, ਨੰਬਰ 4 ਉਪਰੋਕਤ ਸਾਰੇ। ਸੋ ਇਹਨਾਂ ਦੇ ਵਿੱਚੋਂ ਆਪਸ਼ਨ ਨੰਬਰ 3 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਆ, ਜਿਹੜੀ ਕਾਰੀਓਡ ਪਰਤ ਆ ਉੱਥੇ ਲਹੂ ਪਾਇਆ ਜਾਂਦਾ ਹੈ। ਨੈਕਸਟ 111 ਨੰਬਰ ਕੁਐਸਚਨ, ਉੱਤਰ ਲੈਂਜ ਦੀ ਫੋਕਲ ਲੰਬਾਈ ਕੀ ਹੁੰਦੀ ਹੈ? ਤਾਂ ਆਪਸ਼ਨ ਨੇ ਤੁਹਾਡੇ ਕੋਲ ਪੋਜ਼ੀਟਿਵ, ਨੰਬਰ 2 ਨੈਗੇਟਿਵ, ਨੰਬਰ 3 ਦੋਵੇਂ, ਜਾਂ ਨੰਬਰ 4 ਕੋਈ ਨਹੀਂ। ਸੋ ਜਿਹੜਾ ਉੱਤਰ ਲੈਂਜ ਹੁੰਦਾ ਉਹਦੀ ਫੋਕਲ ਲੰਬਾਈ ਆ ਜਿਹੜੀ ਉਹ ਆਪਸ਼ਨ ਨੰਬਰ 1 ਪੋਜ਼ੀਟਿਵ ਹੁੰਦੀ ਹੈ। ਠੀਕ ਹੈ ਜੀ। ਸੋ ਇਸ ਦੇ ਨਾਲ ਹੀ ਜਿਹੜੀ ਆਪਣੀ ਅੱਜ ਦੀ ਇਹ ਵੀਡੀਓ, ਅੱਜ ਦਾ ਮੌਕ ਟੈਸਟ ਆ, ਇਹ ਸਮਾਪਤ ਹੁੰਦਾ। ਸੋ ਸਾਰੇ ਕੁਐਸਚਨ ਇੰਪੋਰਟੈਂਟ ਆ, ਤੁਸੀਂ ਜ਼ਰੂਰ ਸਾਰੇ ਰੀਡ ਕਰ ਲਿਓ ਧਿਆਨ ਨਾਲ। ਸੋ ਹੋਰ ਵੀ ਕੁਐਸਚਨਸ ਲੈ ਕੇ ਆਉਂਦੇ ਹਾਂ, ਕੱਲ੍ਹ ਅਤੇ ਪਰਸੋਂ ਆਪਾਂ ਵੀਡੀਓਜ਼ ਲੈ ਕੇ ਆਵਾਂਗੇ, ਸੋ ਦੇਖਣੀਆਂ ਨਾ ਭੁੱਲਿਓ। ਸੋ ਜਿਹੜੇ ਬੱਚੇ ਚੈਨਲ ਨਾਲ ਜੁੜੇ ਆ, ਚੈਨਲ ਆਪਣੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਇੱਦਾਂ ਹੀ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਇੰਪੋਰਟੈਂਟ MCQs ਲੈ ਕੇ। ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।